सुन वड्डा आखे सब कोए केवड वड्डा डीठा होए। सुन वड्डा आखे सब कोए लोग परमेश्वर नूं वड्डा कहिंदे ने कहिंदे आए ने शुरू ते देखिया नहीं किसे ने हैगा ਦੇਖਿਆ ਜਿਹਨੇ ਉਹਨੇ ਕਿਹਾ ਵੈਸੇ ਤਾਂ ਕਿਹਾ ਤਾਂ ਦੇਖਣ ਵਾਲਿਆਂ ਨੂੰ ਹੀ ਹੈ ਦੱਸਿਆ ਤਾਂ ਦੇਖਣ ਵਾਲਿਆਂ ਨੂੰ ਹੀ ਹੈ ਪਰ ਆਮ ਲੋਕ ਸੁਣੀ ਸੁਣੀ ਉਹ ਗੱਲ ਕਹਿੰਦੇ ਨੇ ਸੁਣਿਆ ਹੋਇਆ ਕਹਿੰਦੇ ਆਏ ਨੇ ਕਹਿਤਿਆਂ ਕਹਿਤੀ ਸੁਣੀ ਸੁਣੀ ਹੋਈ ਗੱਲ ਨੂੰ ਕਹੀ ਜਾਂਦੇ ਨੇ ਲੋਕ ਵੱਡਾ 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 ਕੀ ਵੱਡਾ ਕਿਉਂ ਵੱਡਾ ਕਿਵੇਂ ਵੱਡਾ ਜੇ ਇਹ ਸਵਾਲ ਕਰੀਏ ਫਿਰ ਕੋਈ ਜਵਾਬ ਨਹੀਂ ਇਹਨਾਂ ਸਵਾਲਾਂ ਦਾ ਜਵਾਬ ਉਹ ਦਊਗਾ ਜਿਹਨੇ ਦੇਖਿਆ ਕਿਉਂ ਵੱਡਾ ਕਿਵੇਂ ਵੱਡਾ ਹੈ ਇਹ ਸਵਾਲਾਂ ਦੇ ਜਵਾਬ ਨਹੀਂ ਹੈ ਕਿਸੇ ਕੋਲ ਉਹ ਜਿਹੜੇ ਦੇਖਿਆ ਜਿਹਨਾਂ ਨੇ ਉਹਨਾਂ ਦੇ ਕੋਲ ਇੱਕ 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 ਸਾਰੇ ਕਹਿੰਦੇ ਨੇ ਪਰ ਇੱਕ ਤੇ ਖੜਿਆ ਕੋਈ ਵੀ ਨਹੀਂ ਫਿਰ ਉਹਨਾਂ ਨੇ ਆਪਣੇ ਪੈਗੰਬਰ ਨੂੰ ਆਪਣੇ ਗੁਰੂ ਨੂੰ ਜਿਹਨੇ ਦੱਸਿਆ ਵੀ ਇੱਕ ਹੈ ਉਹਨੂੰ ਉਹਦੇ ਨਾਲ ਜੋੜਤਾ ਵੀ ਇਹੀ ਇੱਕ ਹੈ ਉਹ ਵੀ ਇਹ ਵੀ ਉਹੀ ਹੋਇਆ ਜੀ ਦੋ ਬਣਾ ਤੇ ਖੜਿਆ ਉਹੀ ਹੈ ਜਿਹਨੇ ਆ ਤਾਂ ਭਰੋਸਾ ਕੀਤਾ ਭਰੋਸਾ ਕਰਕੇ ਖੋਜ ਕੀਤੀ ਹੈ ਫਿਰ ਜੇ ਕੋਈ ਭਰੋਸਾ ਕਰੂ ਤਾਂ ਖੋਜ ਵੀ ਕਰੂਗਾ ਜਿਹਨੂੰ ਇੱਕ ਤੇ ਭਰੋਸਾ ਹੈ ਗੁਰਬਾਣੀ 'ਤੇ ਭਰੋਸਾ ਹੈ ਉਹ ਖੋਜ ਕਰੂਗਾ ਫਿਰ ਜਿਹੜਾ ਸ਼ਰਧਾਵਾਨ ਹੈ ਉਹ ਖੋਜ ਹੀ ਨਹੀਂ ਹੁੰਦਾ ਇੱਕ ਕਹਿਤਾ ਉਹਨੇ ਸੁਣ ਲਿਆ ਮੰਨ ਲਿਆ ਇੱਕ ਬਸ ਠੀਕ ਹੈ ਭੁੱਖ ਨਹੀਂ ਜਾਗਦੀ ਨਾਮ ਦੀ ਸ਼ਰਧਾਵਾਨ ਚ ਕਦੇ ਨਾਮ ਦੀ ਪਹਿਲਾਂ ਉਹ ਚ ਭੁੱਖ ਹੁੰਦੀ ਹੋਈ ਨਹੀਂ ਸ਼ਰਧਾ ਵਾਲੇ ਤਾਂ ਸ਼ਰਧਾ ਵਾਲੇ ਚ ਨਾਮ ਦੀ ਭੁੱਖ ਨਹੀਂ ਹੁੰਦੀ ਸ਼ਰਧਾ ਵਾਲੇ ਦੀ ਤਾਂ ਕੁਛ ਹੋਰ ਡਿਮਾਂਡ ਹੁੰਦੀ ਹੈ ਧਰਮ ਨੂੰ ਮੰਨਣ ਦੀਆਂ ਲੋਕਾਂ ਦੀਆਂ ਕੋਈ ਡਿਮਾਂਡਾਂ ਨੇ ਜਿਹੋ ਜਿਹਾ ਪ੍ਰਚਾਰਿਆ ਹੋਇਆ ਕੋਈ ਸੁਰਗ ਦੀ ਗੱਲ ਕਰਦਾ ਕੋਈ ਕੁਛ ਕਰਦਾ ਕਹਿੰਦੇ ਦੁਨਿਆਵੀ ਕੰਮ ਹੁੰਦੇ ਨੇ ਕੋਈ ਦੁੱਖ ਤਕਲੀਫ ਤੋਂ ਡਰਦਾ ਯਾਨੀ ਡਰਾ ਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਹੋਇਆ ਗਿਆਨ ਨਾਲ ਨਹੀਂ ਜੋੜਿਆ ਡਰਾ ਕੇ ਜੋੜਿਆ ਹੋਇਆ ਇਸੇ ਕਰਕੇ ਨਵੇਂ ਪਾਤਸ਼ਾਹ ਨੂੰ ਕਹਿਣਾ ਪਿਆ ਕਿ ਪੈ ਕੌਮ ਕੋ ਦੇਤਨਾ ਹੈ ਨਾ ਪੈ ਮਨਤਾਨ ਭਗਤਾਂ ਨੇ ਨਹੀਂ ਪੈ ਦਿੱਤੀ ਗੁਰਬਾਣੀ ਨਹੀਂ ਪੈ ਦੇ ਰਹੀ ਪ੍ਰਚਾਰਕ ਪੈ ਦੇ ਰਹੇ ਨੇ ਉਹ ਲੋਕ ਪੈਦੇ ਰਹੇ ਨੇ ਜਿਹਨਾਂ ਨੂੰ ਆਪ ਗਿਆਨ ਨਹੀਂ ਪ੍ਰਚਾਰਕ ਨੇ ਗੁਰਬਾਣੀ ਦੇ ਸਮਝਿਆ ਨਹੀਂ ਬੇਸਮਝ ਨੇ ਉਹ ਪੈਦੇ ਕੇ ਸਿੱਖ ਬਣਾ ਰਹੇ ਨੇ ਬਣਾਉਂਦੇ ਰਹੇ ਨੇ ਇਹ ਕਾਰਨ ਹੈ ਕਿ ਸਿੱਖੀ ਖਤਮ ਹੋ ਗਈ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਸਾਨੂੰ ਸਮਝ ਨਹੀਂ ਅਸੀਂ ਸਮਝ ਲਈਏ ਗੁਰਬਾਣੀ ਤੋਂ ਖੋਜੀਏ ਉਹਦੀ ਬਜਾਏ ਪੈਦੇ ਕੇ ਬਸ ਆਪਣਾ ਥੱਲੇ ਸਿੱਖੀ ਵਧਾ ਲਈ ਸਿੱਖੀ ਵਧਾ ਲਈ ਸਿੱਖੀ ਵਧਾ ਲਈ ਸਿੱਖੀ ਵਧਾ ਲਈ ਉਹ ਸਿੱਖੀ ਤਾਂ ਸਿੱਖਿਆ ਨਾ ਵਧਣੀ ਹੈ ਸਿੱਖਿਆ ਕੋਲ ਹੈ ਤਾਂ ਸਿੱਖੀ ਹੈ ਕਿੰਨੀ ਸਿੱਖਿਆ ਸਾਡੇ ਕੋਲ ਉਹੀ ਸਿੱਖੀ ਹੈ ਸਿੱਖੀ ਤਾਂ ਸਿੱਖਿਆ ਤਾਂ ਸਿੱਖਿਆ ਤਾਂ ਹੈ ਨਹੀਂ ਗੁਰਬਾਣੀ ਦੀ ਸਮਝ ਤਾਂ ਹੈ ਨਹੀਂ ਜੇ ਸਮਝ ਹੁੰਦੀ ਤਾਂ ਰੌਲਾ ਕਾਹਤੇ ਪੈਂਦੇ ਆਹ ਰੌਲਾ ਹੀ ਨਾ ਸਮਝੀਦੇ ਨੇ ਜਿਹੜਾ ਹੁਣ ਰੌਲਾ ਪਿਆ ਹੋਇਆ ਨਾ ਇਹ ਆ ਪਿੱਛੇ ਪੈਂਦੇ ਰਹੇ ਨੇ 300 ਸਾਲ 250 ਸਾਲ ਤੋਂ ਰੌਲੇ ਨਾ ਸਮਝੀਦੇ ਰੌਲੇ ਨੇ ਸਾਰੇ ਜਦੋਂ ਸਮਝ ਆ ਗਈ ਸਾਰੇ ਹਟ ਜਾਣਗੇ ਜਿਉਂ ਜਿਉਂ ਸਮਝ ਆਈ ਹਟ ਜਾਣਗੇ ਦੋਵਾਂ ਦੋਵਾਂ ਨੂੰ ਸੈਟਿਸਫਾਈ ਕਰਾ ਨਹੀਂ ਸਕਦਾ ਆਪਣੀ ਆਪਣੀ ਮੱਤ ਚਲਾ ਰਹੇ ਨੇ ਜਿਵੇਂ ਕਿਸੇ ਨੂੰ ਲੱਗਦਾ ਆਪਣੀ ਮੱਤ ਦੀ ਸਿੱਖੀ ਹੈ ਲੋਕਾਂ ਨੇ ਕੀਤੀ ਹੋਈ ਆਪ ਆਪਣੀ ਬੁੱਧ ਦੀ ਸਿੱਖੀ ਹੈ ਜੇ ਜੀ ਮੈਨੂੰ ਚੰਗੀ ਲੱਗਦੀ ਹੈ ਸਿੱਖੀ ਮੈਂ ਕਹਿੰਦਾ ਇਹੀ ਹੋਣੀ ਚਾਹੀਦੀ ਹੈ ਗੁਰੂ ਨੂੰ ਕੀ ਚੰਗਾ ਲੱਗਦਾ ਹੈ ਗੁਰਬਾਣੀ 'ਚ ਕੀ ਲਿਖਿਆ ਹੋਇਆ ਹੈ ਇਹਦਾ ਮਤਲਬ ਨਹੀਂ ਹੈ ਇਹਨਾਂ ਨੂੰ ਉਧਰ ਨੂੰ ਤਾਂ ਗਏ ਹੀ ਨਹੀਂ ਹੁਣ
ਰਹਿ ਰਾਹਤ ਦਾ ਸ਼ਬਦ ਨੇ, ਰਹਿ ਰਾਹਤ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਕਿੰਨੀਆਂ ਗਲਤੀਆਂ ਅਸੀਂ ਪੜ੍ਹ ਰਹੇ ਹਾਂ ਅਜੇ ਤੱਕ, ਉਹ ਗਲਤੀਆਂ ਦਾ ਸੁਧਾਰ ਸਾ ਤੇ ਹੋਇਆ ਨਹੀਂ। ਪਾਠ ਦਾ ਸੁਧਾਰ ਇਹ ਨਹੀਂ ਹੋ ਸਕਿਆ, ਹੋਰ ਇਹਨਾਂ ਨੂੰ ਸਵਾਹ ਕਰਨਾ, ਹੋਰ ਕੀ ਕਰਨਾ, ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਾਠ ਠੀਕ ਕੀ ਹੈ, ਕਿੰਨੀਆਂ ਗਲਤੀਆਂ ਆਉਣਗੀਆਂ ਦੇਖ ਲਿਓ, ਪਰ ਹੋ ਰਹੀਆਂ ਨੇ। ਫਿਰ ਲੋਕ ਐਵੇਂ ਬੰਨੀ ਫਿਰਦੇ ਨੇ ਦਮਾਲੇ, ਜਿਹੜੇ ਦਾਅਵੇ ਕਰਦੇ ਨੇ ਕਿ ਕਾਹਦੇ ਕਰਦੇ ਨੇ, ਫਿਰ ਕੁਛ ਨਹੀਂ ਪੱਲੇ ਕਿਸੇ ਦੇ, ਹੰਕਾਰ ਹੈ ਪੱਲੇ, ਪੱਲੇ ਹੰਕਾਰ, ਟਕਰਾਇਆ ਹੰਕਾਰ ਸਾਰਿਆਂ ਦਾ, ਹੰਕਾਰ ਦੀ ਲੜਾਈ ਹੈ, ਲੜਾਈ ਵੀ ਹੰਕਾਰ ਦੀ ਹੈ, ਗੋਲ ਜਿੱਥੇ ਹੰਕਾਰ ਉੱਥੇ ਮਾਇਆ, ਜਿੱਥੇ ਮਾਇਆ ਉੱਥੇ ਹੰਕਾਰ ਹੈ, ਇਹ ਚੌਧਰ ਦੀ ਲੜਾਈ ਹੈ, ਇਹ ਮਾਇਆ ਦੀ ਲੜਾਈ ਹੈ, ਇਹ ਹੰਕਾਰ ਦੀ ਲੜਾਈ ਹੈ, ਦੁਨਿਆਵੀ ਰੰਜਿਸ਼ਾਂ ਨੇ ਇਹਨਾਂ ਦੀਆਂ ਲੋਕਾਂ ਦੀਆਂ, ਕੱਢਦੇ ਨੇ ਗੁਰੂ ਦੇ ਨਾਲ ਗੁਰਬਾਣੀ 'ਚ, ਗਿਆਨ ਲੈਣ ਦੀ ਕੋਈ ਨਹੀਂ ਗੱਲ ਕਰ ਰਿਹਾ, ਖੋਜ ਵਾਲੀ ਕੋਈ ਨਹੀਂ ਗੱਲ ਕਰ ਰਿਹਾ, ਜੋ ਕਿਸੇ ਨੇ ਸ਼ੰਕਾ ਨੂੰ ਵਧਾ ਰਹੇ ਨੇ, ਸੋ ਦੁਬਾਰਾ ਨਹੀਂ ਕਰ ਰਿਹਾ ਕੋਈ ਸ਼ੰਕਾ ਦਾ। ਹਾਂਜੀ, ਸੁਣ ਵੱਡਾ ਆਖਿਆ ਸਭ ਕੋਈ, ਵੱਡਾ ਵੱਡਾ ਕਹੀ ਜਾਂਦੇ ਨੇ, ਕਿਉਂ ਵੀ ਕਿਉਂ ਵੱਡੀ ਹੈ ਗੁਰਮਤ, ਕਿਉਂ ਵੱਡੀ ਹੈ, ਇਹਦਾ ਜਵਾਬ ਨਹੀਂ ਹੈ ਕਿਸੇ ਕੋਲ, ਜਾਂ ਫਿਰ ਦੇਵੇ ਜਵਾਬ ਦੇਣ ਇਹ ਜਿਹੜੇ ਨੇ, ਕਿਉਂ ਵੱਡੀ ਹੈ, ਕਿਉਂ ਦਾ ਜਵਾਬ ਦੇਵੇ। ਗੁਰਮਤ ਇੱਕ ਨਿਆਰੀ ਮਤ ਹੈ, ਕੀ ਨਿਆਰਾ ਬਣਾ ਇਹ ਵੀ ਨਹੀਂ ਇਹਨਾਂ ਨੂੰ ਪਤਾ, ਸਾਰੀਆਂ ਮਤਾਂ ਨਾਲ ਉਲਟੀ ਹੈ ਇਹ, ਸੰਤਾਂ ਦੀ ਮਤ ਹੈ, ਸੰਤਾਂ ਦੀ ਇੱਕੋ ਮਤ ਹੁੰਦੀ ਹੈ, ਇੱਕੋ ਹੀ ਹੈ ਗੁਰਮਤ, ਦੇਖੋ ਕਿੰਨੇ ਸੰਤ ਨੇ ਵਿੱਚ ਬੈਠੇ, ਅਸਲੀ ਸੰਤ ਹਰ ਕੇ ਸੰਤ, ਇਹ ਹਰ ਕੇ ਸੰਤਾਂ ਦੀ ਮਤ ਹੈ, ਅਧੂਏ ਸੰਤਾਂ ਦੀ ਮਤ ਨਹੀਂ, ਇਹਨਾਂ ਦੀ ਆਪੋ ਆਪਣੀ ਹੈ, ਅਧੂਏ ਸੰਤਾਂ ਦੀ ਮਤ ਨਹੀਂ ਹੈ ਇਹ, ਉਹਨਾਂ ਦੀ ਆਪੋ ਆਪਣੀ ਹੈ, ਉਹਨਾਂ ਦੇ ਸਾਰੇ ਡੇਰਿਆਂ ਦੀ ਆਪੋ ਆਪਣੀ ਮਰਿਆਦਾ, ਜਿੱਥੇ ਮਰਿਆਦਾ ਉੱਥੇ ਗੁਰਮਤ ਨਹੀਂ ਹੁੰਦੀ, ਗੁਰਮਤ 'ਤੇ ਕੋਈ ਮਰਿਆਦਾ ਲਾਗੂ ਨਹੀਂ ਹੈ, ਮਰਿਆਦਾ ਹੁੰਦਾ ਮੋਡੀਫਾਈ ਕਰਨਾ, ਆਪਣੇ ਮਤਲਬ ਅਨੁਸਾਰ ਤੋੜ ਮਰੋੜ ਕਰਨੀ, ਆਪਣੀ ਬੁੱਧ ਅਨੁਸਾਰ ਤੋੜ ਮਰੋੜ ਕਰ ਲੈਣਾ, ਇੱਥੇ ਕੋਈ ਗੁੰਜਾਇਸ਼ ਨਹੀਂ ਆਪਣੀ ਬੁੱਧ ਨੂੰ ਦਖਲ ਦੇਣ ਦਾ, ਆਦਮੀ ਨੂੰ ਗੁਰਮਤਿ 'ਚ ਦਖਲ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਖੋਜ ਕੇ ਜੋ ਇਹ ਕਹਿੰਦੀ ਆ ਉਹਨੂੰ ਮੰਨਣ ਦਾ ਕੰਮ ਹੈ, ਮੰਨਣ ਦਾ ਹੁਕਮ ਹੈ, ਸਾਰੇ ਆਪਣੀ ਆਪਣੀ ਮਤ ਚਲਾ ਰਹੇ ਨੇ, ਜਿੱਥੇ ਆਪਣੀ ਮਤ ਹੈ ਉੱਥੇ ਗੁਰਮਤ ਨਹੀਂ ਰਹਿੰਦੀ ਹੁੰਦੀ। ਮਰਿਆਦਾ ਵੀ ਜਿਹੜੀ ਕਹਿੰਦੇ ਪੰਥ ਪ੍ਰਮਾਣਕ ਮਰਿਆਦਾ, ਉਹਨੇ ਗੁਰਮਤ ਰਹਿਣ ਦਿੱਤੀ ਹੋਈ ਨਹੀਂ, ਉਸਨੇ ਨਹੀਂ ਰਹਿਣ ਦਿੱਤੀ, ਉਹ ਜਿੰਨੇ ਗੁਰਮਤ ਦੇ ਜਿੰਨੇ ਜਿਹਨਾਂ ਨੇ ਮਰਿਆਦਾ ਬਣਾਈ ਆ ਉਹਨਾਂ ਨੂੰ ਗੁਰਮਤੀ ਸਮਝੇ ਹੈ ਨਹੀਂ ਸੀ, ਜੇ ਸਮਝ ਹੁੰਦੀ ਤਾਂ ਜਿਹੜੇ ਗੁਰਬਿਲਾਸ ਪਾਤਸ਼ਾਹ ਛੇਵੀਂ ਆ ਭਾਈ ਸੰਤੋਖ ਸਿੰਘ ਦਾ ਜਿਹੜਾ ਅੰਡ ਵੰਡ ਲਿਖਿਆ ਹੋਇਆ ਆ ਭਾਈ ਗੁਰਦਾਸ ਦੇ ਨੌਂ ਜਿਹੜੀਆਂ 12 ਨੇ, ਇਹਨਾਂ ਨੂੰ ਗੁਰਦੁਆਰੇ 'ਚ ਕਿਉਂ ਪ੍ਰਚਾਰ ਦੇ, ਕਿਉਂ ਅਜੇ ਰੌਲਾ ਪੈਂਦਾ, ਗੁਰਬਾਣੀ ਦੇ ਸਭਾ ਕਿਉਂ ਕਿਸੇ ਚੀਜ਼ ਨੂੰ ਪ੍ਰਚਾਰ ਦੇ, ਇਤਿਹਾਸ ਨੂੰ ਕਿਉਂ ਗੁਰਦਾ ਨਹੀਂ ਬਣ ਦਿੰਦੇ, ਕਿਉਂ ਰੌਲਾ ਪੈਂਦਾ, ਸਭ ਝਗੜੇ ਦੀਆਂ ਜੜ੍ਹਾਂ ਨੇ, ਦੂਸਰੇ ਗੁਰਬਾਣੀ ਨੂੰ ਛੱਡ ਕੇ ਸਭ ਕੁਝ ਝਗੜੇ ਦੀ ਜੜ੍ਹ, ਪਹਿਲਾਂ ਗੁਰਬਾਣੀ ਨੂੰ ਸਮਝਦੇ ਫਿਰ ਕਿਸੇ ਹੋਰ ਚੀਜ਼ ਨੂੰ ਹੱਥ ਲਾਉਂਦੇ। ਅਸੀਂ ਤਾਂ ਉਹਨਾਂ ਗ੍ਰੰਥਾਂ ਦੀ ਮਦਦ ਨਾਲ ਇਹਨੂੰ ਸਮਝਣ ਲੱਗ ਗਏ, ਝੂਠ ਦੀ ਮਦਦ ਨਾਲ ਸੱਚ ਨਹੀਂ ਸਮਝਿਆ ਜਾ ਸਕਦਾ, ਝੂਠ ਦੀ ਐਨਕ ਲਾ ਕੇ ਸੱਚ ਨਹੀਂ ਦੀਂਦਾ ਹੁੰਦਾ, ਪਾਣੀ ਨਿਲਕਣ ਲੱਗ ਗਏ। ਕੇਵਡ ਵੱਡਾ ਡੀਠਾ ਹੋਏ, ਜੇ ਪੁੱਛ ਲਵੇ ਕਿੱਡਾ ਵੱਡਾ ਕੇਵਡ ਵੱਡਾ, ਫਿਰ ਚੁੱਪ, ਫਿਰ ਉਹੀ ਦੱਸੂ ਜੀ ਨੇ ਦੇਖਿਆ, ਜੇ ਸਵਾਲ ਕਰ ਲਵੇ ਕੇਵਡ ਵੱਡਾ ਫਿਰ ਤਾਂ ਡੀਠਾ ਹੋਏ, ਉਹੀ ਦੱਸੂਗਾ ਜਿਹਨੇ ਦੇਖਿਆ, ਦੂਆ ਕਿਵੇਂ ਦੱਸ ਦੂਗਾ, ਫਿਰ ਨਹੀਂ ਦੱਸ ਸਕਦਾ, ਵੱਡਾ ਤਾਂ ਹੁੰਦਾ ਕਿੱਡਾ ਕੁ ਵੱਡਾ ਹੁੰਦਾ, ਹਰ ਚੀਜ਼ ਵੱਡੀ ਹੁੰਦੀ ਹੈ, ਐਡਾ ਕੁ ਵੱਡਾ ਫਿਰ ਜਿਹਨੇ ਦੇਖਿਆ ਉਹ ਦੱਸੂ, ਸੁਣੀ ਸੁਣਾਈ ਗੱਲ ਕਹਿੰਦੇ ਨੇ ਲੋਕ ਸਾਰੇ।
ਕੀਮਤ ਪਾਏ ਨਾ ਕਹਿਆ ਜਾਏ। ਉਹ ਕੀ ਦੱਸੂਗਾ ਕੇਵਲ ਵੱਡਾ, ਕੀਮਤ ਨਹੀਂ ਪਾਈ ਜਾ ਸਕਦੀ, ਦੱਸਿਆ ਵੀ ਨਹੀਂ ਜਾ ਸਕਦਾ ਕਿੱਡਾ ਵੱਡਾ। ਕਾਹਦੇ ਨਾਲ ਮੁਕਾਬਲਾ ਕਰਾਂਗੇ, ਕਿਹੜੀ ਚੀਜ਼ ਐਡੀ ਵੱਡੀ ਜੀ ਨਾਲ ਦੱਸਾਂਗੇ। ਸਾਰੀ ਰਚਨਾ ਤਾਂ ਉਹਦੇ ਵਿੱਚ ਹੈ, ਸੁਖ ਸਾਗਰ ਐਡਾ ਵੱਡਾ, ਭਵ ਸਾਗਰ ਉਹਦੇ ਵਿੱਚ ਹੈ। ਹੁਣ ਭਵ ਸਾਗਰ 'ਚ ਖੜਾ ਆਦਮੀ ਕੀ ਦੱਸੂ ਸੁਖ ਸਾਗਰ ਕਿੱਡਾ, ਖੜਾ ਤਾਂ ਭਵ ਸਾਗਰ 'ਚ ਹੈ। ਇੱਕ ਬਾਲਟੀ 'ਚ ਮੱਛੀ ਪਾਈ ਹੋਈ ਹੈ ਜਾਂ ਕਿਸੇ ਚੀਜ਼ 'ਚ ਪਿੰਜਰੇ 'ਚ ਜਾਲ 'ਚ ਮੱਛੀ ਫਸੀ ਹੋਈ ਹੈ, ਜਾਲ ਸਮੁੰਦਰ ਵਿੱਚ ਹੈ, ਡੁੱਬਿਆ ਹੋਇਆ ਜਾਲ, ਮੱਛੀ ਪਾਣੀ ਦੇ ਵਿੱਚ ਹੈ, ਪਰ ਉਹ ਜਾਲ ਦੇ ਅੰਦਰ ਹੈ ਨਾ ਮੱਛੀ। ਤਾਂ ਜੇ ਉਹਨੂੰ ਪੁੱਛੇ ਵੀ ਦਰਿਆ ਕਿੱਡਾ ਵੱਡਾ, ਮੱਛੀ ਕੀ ਦੱਸ ਤੂੰ ਦਰਿਆ ਕਿੱਡਾ ਵੱਡਾ, ਜਾਲ ਤੋਂ ਤਾਂ ਬਾਹਰ ਨਹੀਂ ਜਾ ਸਕਦੀ। ਉਹ ਜੇ ਜਾਲ ਵੱਡਾ ਵੀ ਹੈ, ਜਾਲ 'ਚ ਘੁੰਮੀ ਜਾਊ, ਤਾਂ ਦਰਿਆ ਕਿੱਡਾ ਵੱਡਾ, ਸਮੁੰਦਰ ਕਿੱਡਾ ਵੱਡਾ, ਮੱਛੀ ਕੀ ਦੱਸੂ। ਅਸੀਂ ਤਾਂ ਜਾਲ ਚੱਲਦੇ ਭਰਮ ਦੇ 'ਚ, ਇਹ ਸੰਸਾਰ ਦਾ ਜਾਲ ਹੈ। ਜਾਲ ਵਾਲੇ ਬੰਦੇ ਕੀ ਦੱਸਣਗੇ, ਜੇ ਜਾਲ ਤਾਂ ਸਾਰੇ ਹੀ ਉਹਦੇ ਵਿੱਚ ਹੈ, ਸੁਖ ਸਾਗਰ ਦੇ ਵਿੱਚ ਹੈ, ਇਹ ਕਿਵੇਂ ਦੱਸ ਦੇਣਗੇ। ਦੱਸੂ ਉਹ ਜਿਹੜਾ ਜਾਲ ਤੋਂ, ਕਮ ਸੇ ਕਮ ਜਾਲ ਤੋਂ ਤਾਂ ਬਾਹਰ ਨਿਕਲ ਜੂ। ਜਿਹੜੇ ਜਾਲ ਤੋਂ ਬਾਹਰ ਨਿਕਲੇ ਨੇ ਉਹਨਾਂ ਨੇ ਦੱਸਿਆ ਕੀਮਤ ਪਾਈ ਨਾ ਕਿਹਾ ਜਾਏ। ਉਹਨਾਂ ਨੇ ਇਹ ਕਿਹਾ ਕੀਮਤ ਪਾਏ ਨਾ ਕਿਹਾ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਿਉਂਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹੜੇ ਕਹਿਣੇ ਵਾਲੇ ਫਿਰ ਸਮਾਏ ਹੀ ਰਹਿੰਦੇ ਨੇ ਤੇਰੇ 'ਚ। ਜਿਹੜੇ ਦੱਸਣ ਵਾਲੇ ਨੇ ਉਹ ਤੇਰੇ 'ਚ ਸਮਾਏ ਹੁੰਦੇ ਨੇ। ਉਹ ਕੀ ਦੱਸਣ ਕਿੱਡਾ ਵੜਾ, ਬੱਚੀ ਕੀ ਦੱਸੇ। ਕਹਿੰਦੇ ਮੈਨੂੰ ਤਾਂ ਪਤਾ ਮੇਰੇ ਚਾਰ ਸਵੇਰੇ ਜਿੱਥੇ ਜਾਂਦੀਆਂ ਪਾਣੀ ਓ ਪਾਣੀ, ਬਸ ਇੰਨਾ ਹੀ ਪਤਾ। ਜਿੱਧਰੋਂ ਜਾਵਾਂ ਪਾਣੀ ਓ ਪਾਣੀ ਆ ਚਾਰ ਸਵੇਰੇ, ਬਸ ਇੰਨਾ ਹੀ ਪਤਾ, ਮੈਨੂੰ ਹੋਰ ਕੁਛ ਨਹੀਂ ਪਤਾ। ਹੁਕਮ ਦੇ ਵਿੱਚੇ ਆ, ਜਿੱਧਰ ਜਾਂਦਾ ਹੁਕਮ ਦੇ ਵਿੱਚੇ ਹੀ ਹੈ, ਹੁਕਮ ਸਰਵ ਵਿਆਪੀ ਹੈ, ਹੁਕਮ ਆ ਸਮੁੰਦਰ, ਇਹਦੇ ਵਿੱਚੇ ਆ ਮੇਰਾ। ਸਾਰੀ ਦੁਨੀਆ ਸਾਰੇ ਜੀ ਜੰਤ ਹੁਕਮ ਦੇ ਦੀ ਪਾਲਣਾ ਕਰ ਰਹੇ ਨੇ। ਹੁਕਮ ਸਭ ਦਾ ਜੀਵਨ ਦਾਨ ਹੈ, ਹੁਕਮ ਨਾਲੇ ਮਰਨਾ, ਹੁਕਮ ਨਾਲੇ ਜਿਉਣਾ, ਹੁਕਮ ਨਾਲੇ ਪਰਵਰਿਸ਼ ਹੈ ਸਭ ਦੀ। ਕੀ ਇਹਦੀ ਵਡਿਆਈ ਕੋਈ ਗੱਲ ਨੂੰ, ਕੀ ਵਡਿਆਈ ਕਰੇ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ, ਗਹਿਰ ਗੰਭੀਰਾ ਤੇਰੀ ਗਹਿਰਾਈ ਹੈ ਬਹੁਤ, ਇੰਨੀ ਹੈ ਔਰ ਇੰਨਾ ਤੂੰ ਗੰਭੀਰ ਹੈ। ਇਹ ਨਹੀਂ ਕਹਿੰਦਾ ਮੈਂ ਬਹੁਤ ਗਹਿਰਾ, ਬੋਲਦਾ ਹੀ ਨਹੀਂ, ਚੁੱਪ ਹੈ ਫਿਰ ਵੀ। ਲੋਕ ਐਡੀਆਂ ਐਡੀਆਂ ਹੰਕਾਰ ਦੀਆਂ ਗੱਲਾਂ ਕਰਦੇ ਨੇ, ਪੱਲੇ ਕੁਛ ਵੀ ਨਹੀਂ। ਤੂੰ ਕਦੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕੀਤੀ। ਵਡਿਆਈ ਕਿਸੇ ਨੂੰ ਬਖਸ਼ੀ ਹੈ, ਦਰਸ਼ਨ ਕਰਵਾਇਆ ਵਡਿਆਈ ਦਾ ਸਿਰ, ਉਹ ਨਾਮ ਨਾ ਜੋੜ ਕੇ, ਉਹ ਵੀ ਨਾਮ ਨਾ ਜੋੜ ਕੇ ਦੱਸਿਆ ਕੁਛ ਨਹੀਂ। ਜੇ ਦੱਸਣਾ, ਜੇ ਕਹਿੰਦੇ ਤਾਂ ਦੇਖਣਾ, ਆ ਨਾਮ ਦੇ ਨਾਲ ਜੁੜ ਜਾ ਥੋੜ੍ਹਾ ਜਿਹਾ, ਆਪੇ ਪਤਾ ਲੱਗ ਜੂ ਨਾਮ ਕੀ ਕਰ ਰਿਹਾ। ਇਹ ਤੋਂ ਸਾਰਾ ਅੰਦਾਜ਼ਾ ਲਾ ਲਈ। ਗੈਰ ਗੰਭੀਰਾ ਗੁਣੀ ਗਹਿਰਾ, ਕੋਈ ਨਾ ਜਾਣਾ ਤੇਰਾ ਕੀਤਾ ਕੇ ਗੁਣੀ ਗਹਿਰਾ, ਜਿੱਥੇ ਜਾਵਾਂ ਉਹਦੇ ਗੁਣੇ ਗੁਣ ਦੇਖਣ ਨੂੰ ਮਿਲਦੇ ਨੇ। ਔਗਣ ਕੋਈ ਹੈ ਨਹੀਂ, ਬੁਰਾਈ ਕੋਈ ਹੈ ਹੀ ਨਹੀਂ ਉਹਦੇ ਵਿੱਚ, ਗੁਣਾਂ ਦਾ ਹੀ ਭਰਿਆ ਪਿਆ। ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ, ਪਹਿਲਾਂ ਤਾਂ ਇਹੀ ਨਹੀਂ ਕੋਈ ਜਾਣਦਾ, ਆ ਜਿਹੜਾ ਸੰਸਾਰ ਰਚਨਾ ਹੈ ਕਿੱਡਾ ਵੱਡਾ ਚੀਰਾ, ਚੀਰਾ ਉਹਦੇ ਵਿੱਚੋਂ ਹੀ ਹੈ ਨਾ, ਪਾਰਟ ਹੈ ਤੇਰਾ ਹਿੱਸਾ, ਜਿਹੜਾ ਚੀਰ ਕੇ ਤਾਂ ਅੱਡ ਕੀਤਾ ਹੋਇਆ ਆਪਣੇ ਨੂੰ, ਵੱਖਰਾ ਕੀਤਾ ਸੰਸਾਰ। ਇਹ ਹੀ ਨਹੀਂ ਕੋਈ ਦੱਸ ਸਕਦਾ ਕਿੱਡਾ ਵੱਡਾ, ਤੈਨੂੰ ਤਾਂ ਕੀ ਦੱਸੀਏ ਹੁਣ। ਇਹ ਹੀ ਨਹੀਂ ਕੋਈ ਜਾਣਦਾ ਤੇਰਾ ਕਿੱਤਾ, ਜਿਹੜਾ ਤੇਰਾ ਬਣਾਇਆ ਕਿ
ਇਹ ਕਿੱਡਾ ਵੱਡਾ ਹੈ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਜਿੰਨੇ ਵੀ ਸੁਰਤੇ ਤੇ ਤੇਰੇ ਨਾਲ ਸੁਰਤ ਧਿਆਨ ਜੋੜਨ ਵਾਲੇ ਸੀ ਧਿਆਨੀਆਂ ਨੇ ਸੁਰਤੀ ਜੋੜ ਜੋੜ ਕੇ ਬਥੇਰੇ ਥੱਕ ਲੈ ਕਮਾਈ ਕਰ ਲਈ। ਮਿਲ ਸੁਰਤ ਕਮਾਈ, ਮਿਲ ਕੇ ਇਕੱਠੇ ਹੋ ਕੇ ਜੋਗੀ ਧਿਆਨ ਲਾਉਂਦੇ ਤੇ ਇਕੱਠੇ ਹੋ ਕੇ ਲਾਉਂਦੇ ਸੀ, ਮਿਲ ਕੇ ਵੀ ਧਿਆਨ ਲਾ ਕੇ ਦੇਖ ਲਿਆ ਸੁਰਤ ਕਮਾਈ ਸਭ ਕੀ ਕਿੱਥੇ ਤੱਕ ਹੈ। ਅੰਤ ਕੋ ਪਾਵਣ ਜੋਗ ਹੈ, ਕਿੱਥੇ ਤੱਕ ਹੈ ਦੇਖਣ ਦੀ ਕੋਸ਼ਿਸ਼ ਕੀਤੀ, ਮੈਨੂੰ ਹੀ ਪਤਾ ਸਮਝ ਨਹੀਂ ਆਈ। ਹਾਂ ਸਭ ਕੀ ਮਤ ਮਿਲ ਕੀਮਤ ਪਾਈ, ਸਭ ਇੱਥੇ ਪੜ੍ਹਦੇ ਨੇ ਸਭ ਕੀਮਤ ਮਿਲ ਕੀਮਤ ਪਾਈ, ਗਲਤ ਪੜ੍ਹਦੇ ਨੇ ਸਾਰੇ। ਸਭ ਕੀ ਮਤ ਮਿਲ ਕੀਮਤ ਪਾਈ, ਸਾਰਿਆਂ ਦੀ ਮਤ ਉਹ ਮਿਲ ਕੇ ਕਰਦੇ ਤੇ ਨਾ ਧਿਆਨ, ਸਾਰਿਆਂ ਨੇ ਆਪਣੀ ਅਕਲ ਮਿਲਾ ਕੇ ਵੀ ਕੀਮਤ ਪਾ ਕੇ ਦੇਖ ਲਈ, ਸਾਰਿਆਂ ਨੇ ਰਹਿ ਕਰਕੇ ਇਕੱਠੇ ਬੈਠ ਕੇ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ, ਇੰਨੀਆਂ ਮਤਾਂ ਨੇ ਸਭ ਕੀ ਮਤ ਮਿਲ ਕੀਮਤ ਪਾਈ, ਕੀਮਤ ਪਾ ਕੇ ਦੇਖ ਲਈ। ਗਿਆਨੀ ਜੇ ਸਭ ਕੀਮਤ ਮਿਲ ਕੀਮਤ ਕਹੀ ਆ, ਕੀਮਤ ਨੂੰ ਕੀਮਤ ਕਿਵੇਂ ਕੀਮਤ ਨਾਲ ਮਿਲ ਜੂ, ਕੀਮਤ ਤਾਂ ਮਿਲਾ ਕੀਮਤ ਪਾਈ ਹੁੰਦਾ ਫਿਰ ਪਾਠ ਇੱਥੇ, ਕੀਮਤ ਫਿਰ ਕਿਹਨੇ ਪਾਈ। ਸਭ ਕੀਮਤ ਮਿਲ ਕੀਮਤ ਪਾਈ, ਸਭ ਕੀਮਤ ਨੇ ਮਿਲ ਕੇ ਕੀਮਤ ਪਾਈ, ਕੀਮਤ ਤਾਂ ਜੜ ਹੁੰਦੀ ਹੈ, ਕੀਮਤ ਪਾਊਗਾ ਚੇਤਨ, ਇੱਕ ਕੀਮਤ ਇੱਕੋ ਕੀਮਤ ਹੈ, ਦੂਈ ਮਤ ਹੈ, ਸਭ ਕੀ ਮਤ ਮਤ ਚੇਤਨ ਹੁੰਦੀ ਹੈ, ਸਭ ਕੀਮਤ ਸਭ ਨੇ ਆਪਣੀ ਮਤ ਮਿਲਾ ਕੇ ਇੱਕ ਜਗ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਜੀਵਾਂ ਨੇ ਕੀਮਤ ਪਾ ਕੇ ਦੇਖ ਲਈ। ਜਿੰਨੇ ਭਗਤ ਨੇ, ਜਿੰਨੀਆਂ ਮਤਾਂ ਨੇ, ਉਹਨਾਂ 'ਚ ਕੌਣ ਕੌਣ ਨੇ ਜਿਹਨਾਂ ਨੇ ਕੀਮਤ ਪਾਈ ਹੈ? ਗਿਆਨਵਾਨ ਨੇ, ਗਿਆਨੀ, ਗਿਆਨੀ ਧਿਆਨੀ ਗੁਰਗੁਰਹਾਈ, ਕੀਮਤ ਪਾਉਣ ਵਾਲਿਆਂ ਵਿੱਚ ਗਿਆਨਵਾਨ ਵੀ ਸਾਰੇ ਆ ਗਏ, ਧਿਆਨ ਜੋੜਨ ਵਾਲੇ ਵੀ ਸਾਰੇ ਆ ਗਏ, ਧਿਆਨੀ ਗੁਰ ਦੁਨੀਆਂ ਨੂੰ ਉਪਦੇਸ਼ ਕਰਨ ਵਾਲੇ ਵੀ ਆ ਗਏ, ਗੁਰ ਗੁਰਹਾਈ ਉਹਨਾਂ ਦੇ ਗਹੋ ਗੁਰ ਵੀ ਆ ਗਏ, ਜਿਹੜੇ ਅੱਜ ਉਪਦੇਸ਼ ਕਰਦੇ ਨੇ, ਜਿਹਨਾਂ ਨੂੰ ਉਪਦੇਸ਼ ਕਰਨ ਵਾਲੇ ਹੋਰ ਪਿੱਛੇ ਬੈਠੇ ਨੇ, ਜੋ ਦਸ ਸੌ ਅੱਠ ਔਰ ਇੱਕ ਹਜ਼ਾਰ ਅੱਠ, ਇੱਕ ਹਜ਼ਾਰ ਅੱਠ ਉਹ ਨੇ ਜਿਹਨਾਂ ਨੂੰ ਪੜ੍ਹਾਏ ਹੋਏ, ਜਿਹਨਾਂ ਦੇ ਇੱਕ ਸੌ ਅੱਠ ਨੇ, ਇੱਕ ਸੌ ਅੱਠ ਵਾਲਿਆਂ ਦੇ ਗੁਰੂ ਦਸ ਸੌ ਅੱਠ ਨੇ, ਜਿਹੜੇ ਉਹ ਗੁਰਹਾਈ ਨੇ, ਜਿਹੜੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਕੀਮਤ ਪਾ ਲਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੇਰੀ ਤਿਲ ਜਿੰਨੀ ਵੀ ਵਡਿਆਈ ਨਹੀਂ ਕਰ ਸਕੇ, ਉਹਨਾਂ ਚਿਰ ਨਹੀਂ ਕਰ ਸਕੇ ਜਿੰਨਾ ਚਿਰ ਆਪਣੀ ਵਡਿਆਈ ਤੈਂ ਆਪ ਨਹੀਂ ਬਖਸ਼ਤੀ ਕਿਸੇ ਨੂੰ, ਜਿੰਨਾ ਚਿਰ ਨਾਮ ਕਰ ਜਿੰਨਾ ਚਿਰ ਤਾਂ ਆਪਣਾ ਨਾਮ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਉਹਨਾਂ ਨੂੰ ਨਹੀਂ ਦਿੱਤੀ, ਜਿੰਨਾ ਚਿਰ ਆਪਣੀ ਵਡਿਆਈ ਤਾਂ ਆਪ ਨਹੀਂ ਉਹਨਾਂ ਨੂੰ ਦੱਸੀ, ਉਹਨਾਂ ਤੇ ਆਪਣੀ ਵਡਿਆਈ ਆਪ ਨਹੀਂ ਕਰਵਾਈ, ਕੋਈ ਉਹਦੀ ਵਡਿਆਈ ਨਹੀਂ ਕਰ ਸਕਦਾ ਆਪਣੇ ਲੈਵਲ ਤੇ, ਇਹਦਾ ਵੀ ਇਹੀ ਮਤਲਬ ਹੈ। ਇਹੀ ਗੱਲ ਸੁਖਮਨੀ ਸਾਹਿਬ 'ਚ ਖੋਲੀ ਹੈ, ਤੁਮਰੀ ਉਸ ਤੋਂ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਗਿਆਨੀ ਧਿਆਨੀ ਸਾਰੇ ਮਿਲ ਕੇ ਕਰਕੇ ਦੇਖ ਲੈਣ ਨਹੀਂ ਹੋ ਸਕਦਾ, ਉਹ ਚਾਹੇ ਜਾਂ ਉਹ ਚਾਹੁੰਦਾ ਫਿਰ ਅਰਦਾਸ ਤੇ ਵੀ ਕਰਾ ਲੈਂਦਾ, ਫਿਰ ਅਰਦਾਸ ਤੇ ਕਰਾ ਲੈਂਦਾ, ਇਹਨੂੰ ਪੁੱਛਦਾ ਹੀ ਕੋਈ ਨਹੀਂ, ਉਹ ਤੇ ਕਰਵਾ ਲੈਂਦਾ, ਉਹ ਕਬੀਰ ਤੇ ਕਰਵਾ ਲੈਂਦਾ, ਉਹ ਨਾਮਦੇਵ ਤੇ ਕਰਵਾ ਲੈਂਦਾ। ਨਾਮਦੇਵ ਜਿਹੜਾ ਕਹਿੰਦਾ ਆੜ ਦੇ ਦਾਮ ਕੋ ਜੀਵਰੋ ਭਿਓ ਲਾਖੀਣ, ਉਹ ਮੈਨੂੰ ਤਾਂ ਫੁੱਟੀ ਕੌਡੀ ਬਰਾਬਰ ਨਹੀਂ ਸੀ ਮੈਂ ਤਾਂ ਹੈਗਾ, ਜਦੋਂ ਵਡਿਆਈ ਕਰਾਉਂਦਾ ਜਿਹਨੂੰ ਫੁੱਟੀ ਕੌਡੀ ਨਹੀਂ ਸਮਝਦੇ ਵਿਦਵਾਨ ਉਹ ਤੋਂ ਕਰਾ ਲੈਂਦਾ, ਨਹੀਂ ਕਰ ਸਕਦੇ ਸਾਰੇ ਇਕੱਠੇ ਹੋ ਕੇ ਨਹੀਂ ਕਰ ਸਕਦੇ। ਜੇ ਇਸ ਗੱਲ ਦਾ ਭੇਜ ਜਾਣਦੇ ਹੁੰਦੇ ਤਾਂ ਪਾਠ ਦਰੁਸਤ ਹੋ ਜਾਂਦਾ, ਜੇ ਆਹ ਗੱਲ ਸਾਰੀ ਦਾ ਸਮਝ ਆਉਂਦੀ ਨਾ, ਜੇ ਗੁਰਮਤਿ ਦੀ ਸਮਝ ਆਉਂਦੀ ਤਾਂ ਪਾਠ ਕਦੇ ਗਲਤ ਨਾ ਕਰਦੇ, ਇੱਥੋਂ ਪਤਾ ਲੱਗਦਾ ਇਹਨੂੰ ਗੁਰਮਤਿ ਬਿਲਕੁਲ ਸਮਝ ਨਹੀਂ ਹੈ ਕਿਸੇ ਨੂੰ।
ਉਹ ਵਿੱਚ ਜਿਹੜੇ ਤੁਰੇ ਫਿਰਦੇ ਦਮਾਲੇ ਬਣ ਕੇ ਦਰਸ਼ਨ ਸੋ ਵਰਗੇ, ਇਹ ਵਿੱਚੇ ਹੀ ਨੇ ਸਾਰੇ, ਕਿਸੇ ਨੂੰ ਨਹੀਂ ਪਤਾ ਹੈ ਗੁਰਮਤ ਕੀ ਕਹਿੰਦੀ। ਇਹ ਕਹਿੰਦੀ ਹੁੰਦੀ ਪਾਠ ਸ਼ੁੱਧ ਕਰ ਲੈਂਦੇ ਹੁਣ ਨੂੰ, ਗੱਲਾਂ ਦੀਆਂ ਐ ਰੌਲਾ ਪਾਉਣ ਵਾਲੀਆਂ ਵੀ ਵਾਹੀ ਕਰੋ, ਪੈ ਗਏ ਤੁਸੀਂ ਖੇੜੇਰਾ, ਆਹ ਤਾਂ ਤੁਸੀਂ ਕੀਤਾ ਨਹੀਂ, ਹੁਣ ਥਈ ਤੂੰ ਜਾਇਦਾਰ ਸੀ ਅਕਾਲਦਾਰ ਦਾ, ਫਿਰ ਕੀ ਕਰਦਾ ਰਿਹਾ ਤੂੰ ਉੱਥੇ ਬੈਠਾ। ਸਭ ਉਹੀ ਲੰਬੋੜ ਸੰਖ ਨੇ, ਫੂਕ ਮਾਰਦਾ ਕੋਈ ਆ ਵੱਜਦੇ ਨੇ, ਸੰਖ ਆਪ ਨਹੀਂ ਨਾ ਵੱਜਦਾ ਹੁੰਦਾ, ਵਜਾਇਆ ਵੱਜਦਾ ਹੁੰਦਾ। ਇਹ ਵਜਾਏ ਵੱਜਣ ਵਾਲੇ ਸੰਖ ਨੇ ਸਾਰੇ ਹੀ, ਖਬਰਾਂ ਕੌਣ ਵਜਾਉਂਦਾ, ਕਿਸੇ ਨੂੰ ਕੋਈ ਵਜਾਉਂਦਾ, ਕਿਸੇ ਨੂੰ ਕੋਈ ਵਜਾਉਂਦਾ, ਉਹ ਕਹਿੰਦਾ ਇਹਨੂੰ ਉਹ ਵਜਾਉਂਦਾ, ਉਹ ਕਹਿੰਦਾ ਉਹਨੂੰ ਉਹ ਵਜਾਉਂਦਾ। ਜਿੰਨਾ ਚਿਰ ਦੁਨੀਆ ਵਜਾਈ ਵੱਜਦੀ ਹੈ, ਇਹ ਜਿੰਨਾ ਚਿਰ ਦੀਨ ਨਾਲ ਨਹੀਂ ਜੁੜਿਆ ਹੋਇਆ ਵਜਾਇਆ ਵੱਜਦਾ, ਇਹ ਵਜਾਇਆ ਹੀ ਵੱਜੂਗਾ, ਚਾਹੇ ਪਰਮੇਸ਼ਰ ਵਜਾਵੇ ਜਾਂ ਤਾਂ, ਜਾਂ ਫਿਰ ਇਹਨੂੰ ਕੋਈ ਮਾਇਆ ਵਜਾਵੇ, ਜਾਂ ਕਿਸੇ ਦਾ ਭੈ ਵਜਾਵੇ, ਜਾਂ ਕਿਸੇ ਦੀ ਲਿਹਾਜ਼ ਵਜਾਵੇ, ਜਾਂ ਇਹਦਾ ਸਵਾਰਥ ਵਜਾਵੇ, ਕੋਈ ਤਾਂ ਵਜਾਊ ਇਹ ਤਾਂ ਵੱਜਦੇ ਨੇ, ਇਹ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਕਹਿੰਦਾ ਤੂੰ ਵੀ ਨਾਲ ਹੀ ਹੈ ਬਾਈ, ਵਿੱਚੇ ਹੀ ਹੈ ਤੂੰ ਵੀ ਦੁਨੀ ਦੇ, ਪਰ ਸੋਈ ਜੀ ਉਹ ਨਾ ਵੱਜਦਾ, ਜਸੱਲਾ ਕਰਦਾ ਹਾਂ, ਜਸੱਲਾ ਕਰਦਾ ਸਾਰ, ਉਹ ਅੱਲਾ ਦਾ ਵਜਾਇਆ ਵੱਜਦਾ, ਉਹ ਕਦੇ ਵੱਜੂਗਾ। ਜੇ ਉਹਦੇ ਵਜਾਏ ਵੱਜਦੇ ਤਾਂ ਦਰੁਸਤ ਕਰ ਲੈਂਦੇ, ਉਹ ਰੌਲਾ ਪਾਈ ਜਾਂਦੇ ਹੋ ਤੁਸੀਂ, ਤੁਹਾਡੇ ਪੱਲੇ ਕੀ ਹੈ ਹੁਣ ਤੱਕ, ਕੱਖ ਨਹੀਂ ਦੇਣਾ ਤੇ ਪੱਲੇ ਕਿਸੇ ਦੇ ਵੀ, ਹੱਥ ਪਾਉਂਦੇ ਨੇ ਗਾਹਾਂ ਨੂੰ, ਆਹੀ ਦਰੁਸਤ ਕਰ ਲੈਂਦੇ ਤੁਸੀਂ ਪਾਠ, ਹੋਰ ਤੁਸੀਂ ਸਵਾਹ ਦਰੁਸਤ ਕਰ ਲਓਗੇ, ਵਿਗਾੜ ਦਓਗੇ ਤੁਸੀਂ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਸਿੱਧ ਪੁਰਖ ਨੇ ਜਿਹੜੇ ਸਮਝਦਾਰ ਨੇ ਉਹਨਾਂ ਦੀ ਵਡਿਆਈ ਲੋਕ ਕਰਦੇ ਹੀ ਨੇ, ਕਰਦੇ ਨੇ ਸੰਸਾਰੀ ਵਡਿਆਈਆਂ ਨੇ ਉਹਨਾਂ ਦੀਆਂ। ਸਭ ਸੱਤ ਸਭ ਤਪ ਸਭ ਚੰਗਿਆਈਆਂ, ਚੰਗਿਆਈਆਂ ਦੀਆਂ ਤਪ ਦੀਆਂ ਸੱਤ ਦੀਆਂ ਵਡਿਆਈਆਂ ਹੁੰਦੀਆਂ ਨੇ, ਸਿੱਧ ਪੁਰਖ ਹੁੰਦੇ ਨੇ ਇਹ ਲੋਕ, ਉਹ ਸਮਝਦਾਰ ਹੋ ਜਾਂਦੇ ਨੇ ਆਮ ਪਬਲਿਕ ਨੂੰ, ਸਿੱਧ ਪੁਰਖ ਉਹਨੂੰ ਕਹਿੰਦੇ ਨੇ ਜਿਹੜੇ ਆਮ ਪਬਲਿਕ ਨੂੰ ਤਾਂ ਗਿਆਨ ਦੇ ਸਕਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਆਤਮ ਗਿਆਨੀ ਨਹੀਂ ਹੁੰਦੇ, ਦੁੱਧ ਬਿਨ ਸਿੱਧੀ ਕਿਵੇਂ ਨਾ ਪਾਈਆ, ਉਹ ਇਹ ਦੱਸਦੇ ਨੇ, ਇੰਨੀ ਉਹ ਗੱਲ ਦੱਸਦੇ ਨੇ ਕਿ ਭਾਈ ਮਾੜੇ ਕੰਮ ਨਾ ਕਰੋ। ਇਹਦਾ ਮਤਲਬ ਇਹ ਨਹੀਂ ਹੈਗਾ ਬਈ ਆਇਓ ਆਪਾਂ ਆਏ ਹਾਂ ਜੀਵਨ ਹੈ ਚਲੇ ਜਾਣਾ ਹੈ ਇੱਥੇ ਲੈ ਕੁਛ ਨਹੀਂ ਜਾਣਾ, ਮੋਟੀਆਂ ਮੋਟੀਆਂ ਗੱਲਾਂ ਕਰਦੇ ਨੇ। ਠੀਕ ਠੀਕ, ਵੈਰ ਵਿਰੋਧ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਉਹ ਚੰਗੀਆਂ ਗੱਲਾਂ ਨੇ, ਇਹ ਚੰਗਾ ਉਪਦੇਸ਼ ਕਰਦੇ ਨੇ, ਆਪ ਵੀ ਚੰਗੇ ਹੁੰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪਾਸ ਹੋ ਗਏ, ਪਾਸ ਨਹੀਂ ਹੋਏ, ਪਾਸ ਦਾ ਘਰ ਬਹੁਤ ਦੂਰ ਹੈ, ਉਹ ਤੁਰੇ ਹੋਏ ਨੇ ਰਾਹ ਦੇ ਵਿੱਚ, ਠੀਕ ਹੈ ਤੁਰੇ ਹੋਏ ਨੇ ਉੱਧਰ ਨੂੰ, ਪਰ ਪਾਸ ਦਾ ਘਰ ਬਹੁਤ ਦੂਰ ਹੈ, ਪਾਸ ਹੋਏ ਉਹਨੇ ਜਿਹਨਾਂ ਦੀਆਂ ਬਾਣੀ, ਪਾਸ ਵਾਲੇ ਗੱਲ ਹੋਰ ਹੈ। ਹਾਂ, ਤੁਧ ਬਿਨਾ ਸਿੱਧੀ ਕਿਨੇ ਨਾ ਪਾਈ ਆ, ਪਰ ਤੇ ਤੋਂ ਬਿਨਾਂ ਤਾਂ ਸਿੱਧੀ ਨਹੀਂ ਕਿਸੇ ਨੇ ਪਾਈ, ਉਹਨਾਂ ਨੂੰ ਸਿੱਧੀ ਕਿੱਥੋਂ ਮਿਲੀ ਹੈ, ਸਿੱਧ ਪੁਰਖਾਂ ਨੂੰ, ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਸਿੱਧੀ ਦਿੱਤੀ ਹੈ। ਇਹ ਜਿਹੜੇ ਬਣੇ ਫਿਰਦੇ ਨੇ ਸੰਤ, ਇਹ ਸੰਸਾਰੀ ਸੰਤ ਨੇ, ਸੰਸਾਰ ਦੇ ਲੋਕਾਂ ਨੇ ਇਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ ਹੈ, ਪਰਮੇਸ਼ਰ ਨੇ ਨਹੀਂ ਦਿੱਤੀ ਹੈ। ਇੱਕ ਤਾਂ ਉਹ ਤੋਂ ਮਿਲਦੀ ਹੈ ਸਿੱਧੀ, ਇੱਕ ਸੰਸਾਰ ਤੋਂ ਮਿਲਦੀ ਹੈ ਸਿੱਧੀ, ਦੋ ਕਿਸਮ ਦੀਆਂ ਸਿੱਧੀਆਂ ਹੁੰਦੀਆਂ। ਸੰਸਾਰ ਦੇ ਲੋਕਾਂ ਦਾ ਕੀ ਹੈ, ਇਹਨਾਂ ਦਾ ਕੀ ਹੈ, ਇਹ ਤਾਂ ਹਰ ਮਾਂ ਨੂੰ ਆਪਣਾ ਪੁੱਤ ਚੰਦ ਲੱਗਦਾ ਹੀ ਹੈ, ਉਹਦੇ ਵਾਸਤੇ ਤਾਂ ਉਹੀ ਚੰਦ ਹੈ ਚਾਹੇ ਜਿਹੋ ਜਿਹਾ ਮਰਜ਼ੀ ਹੋਵੇ। ਇਹ ਤਾਂ ਸੰਸਾਰ ਦੀ ਦ੍ਰਿਸ਼ਟੀ ਹੈ, ਸੰਸਾਰ ਦੀ ਦ੍ਰਿਸ਼ਟੀ ਇਹੋ ਜਿਹੀ ਹੁੰਦੀ ਹੈ, ਉਹਨੂੰ ਜਿਹਦੇ ਨਾਲ ਜੁੜਿਆ ਹੋਇਆ ਉਹੀ ਚੰਗਾ ਲੱਗਦਾ ਉਹਨੂੰ ਤਾਂ।
ਇਹ ਸੰਸਾਰ ਦੇ ਸੰਤ ਨੇ, ਸੰਸਾਰੀ ਨੇ, ਇਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਪ੍ਰੋਜੈਕਟ ਕਰਤਾ ਜੀ, ਇਹ ਬ੍ਰਹਮ ਗਿਆਨੀ ਨੇ, ਸੰਤ ਨੇ, ਇਹਦਾ ਮਤਲਬ ਇਹ ਨਹੀਂ ਹੈ ਬ੍ਰਹਮ ਗਿਆਨੀ ਨੇ ਸੰਤ ਨੇ। ਇਹਦਾ ਫੈਸਲਾ ਕੌਣ ਕਰੂਗਾ? ਖੋਟੇ ਖਰੇ ਦਾ ਫੈਸਲਾ ਕੌਣ ਕਰੂਗਾ? ਗੁਰਬਾਣੀ ਕਹਿੰਦੀ ਹੈ ਇਹੀ ਭਰਮ। ਜੇ ਉਹਨਾਂ ਨੇ ਮੰਨ ਲਿਆ ਸੀ ਸੰਤ, ਤਾਂ ਉਹ ਡੁੱਬ ਗਏ ਫਿਰ, ਜਿਹੜਾ ਇਹ ਵੀ ਗੱਲ ਹੈ ਨਾਲ। ਜਿਹੜਾ ਸੰਸਾਰ ਦੇ ਲੋਕਾਂ ਦੇ ਸੰਤ ਕਹਿੰਦੇ, ਆਪਣੇ ਆਪ ਨੂੰ ਸੰਤ ਮੰਨ ਲਵੇ, ਉਹ ਡੁੱਬ ਗਿਆ, ਇਹ ਵੀ ਗੱਲ ਹੈ ਨਾਲ। ਸ਼ਾਂਤੀ ਉਹਨੂੰ ਮਿਲੀ ਨੀ, ਸੰਤੋਂ ਨੇ ਮੰਨ ਲਿਆ, ਉਹਨਾਂ ਲੋਕਾਂ ਦੇ ਕਹੇਤੇ, ਅੰਨਿਆਂ ਦੇ ਕਹੇਤੇ, ਆਪਣੇ ਚੇਲਿਆਂ ਦੇ ਕਹੇਤੇ ਸੰਤ ਮੰਨ ਲਿਆ ਉਹਨੇ ਆਪਣੇ ਆਪ ਨੂੰ। ਏਡੋ ਵੱਡਾ ਮੂਰਖ ਕੋਈ ਨਹੀਂ ਹੈ ਫਿਰ, ਜੇ ਉਹ ਆਪਣੇ ਆਪ ਨੂੰ ਸੰਤ ਮੰਨਦਾ, ਏਡੋ ਵੱਡਾ ਮੂਰਖ ਵੀ ਕੋਈ ਨਹੀਂ ਹੈ। ਡਾਕਟਰ ਕਹਿੰਦਾ ਵੀ ਇਹ ਠੀਕ ਹੈ, ਮਰੀਜ਼ ਨੂੰ ਘਰ ਨੂੰ ਲੈ ਜਾਓ, ਕਹਿੰਦਾ ਮੇਰਾ ਦਰਦ ਹਟਿਆ ਨਹੀਂ ਪੇਟ ਦਾ, ਮੈਨੂੰ ਪਤਾ ਮੈਨੂੰ ਕੀ ਤਕਲੀਫ ਹੈ। ਜੇ ਤੈਨੂੰ ਸ਼ਾਂਤੀ ਮਿਲੀ ਨਹੀਂ, ਤੂੰ ਕਿਵੇਂ ਮੰਨਦਾ ਮੈਂ ਸੰਤਾਂ? ਭਗਤਾਂ ਨੇ ਆਪਣੇ ਆਪ ਨੂੰ ਸੰਤ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਭਗਤ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਦਾਸ ਮੰਨਿਆ। ਜਿਹੜਾ ਭਗਤਾਂ ਨੂੰ ਦਾਸ ਕਹਿੰਦਾ ਤਾਂ ਖੁਸ਼ ਤੇ, ਜੇ ਭਗਤ ਕਹਿੰਦਾ ਸੀ ਗੁਰੂ ਕਹਿੰਦਾ ਤਾਂ ਨਾਰਾਜ਼ ਤੇ। ਕਿਉਂਕਿ ਵੱਡਾ ਬਣਨਾ ਜਿਹੜਾ ਹੈ ਹੰਕਾਰ ਦਾ ਪ੍ਰਤੀਕ ਹੈ। ਉਹ ਕਹਿੰਦਾ ਤੂੰ ਟੀਕਾ ਲਾਉਣਾ ਜ਼ਹਿਰ ਦਾ, ਨਸ਼ੇ ਦਾ ਟੀਕਾ ਲਾਉਣਾ ਮੈਨੂੰ ਭਗਤ ਕਹਿ ਕੇ, ਤਾਂ ਨਸ਼ਾ ਹੋ ਜੂ ਮੈਨੂੰ। ਕੋਈ ਨਸ਼ੇ ਦਾ ਟੀਕਾ ਲਾਵੇ, ਲਾਉਣ ਦਿੰਦਾ ਕੋਈ ਸਿਆਣਾ ਆਦਮੀ? ਹੰਕਾਰ ਦਾ ਨਸ਼ੇ ਦਾ ਟੀਕਾ, ਦੂਏ ਨੂੰ ਬ੍ਰਹਮ ਗਿਆਨੀ ਸੰਤ ਕਹਿਣਾ ਨਸ਼ੇ ਦਾ ਟੀਕਾ। ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਇਹ ਨਹੀਂ ਸਮਝ ਨਸ਼ੇ ਦਾ ਟੀਕਾ ਲਾਉਂਦਾ ਮੈਨੂੰ, ਉਹ ਫੁੱਲ ਜਾਂਦੇ ਨੇ ਸੰਤ ਕਹੇ ਤੇ। ਬੁੱਧ ਭ੍ਰਸ਼ਟ ਤਾਂ ਹੀ ਹੋਈ ਹੋਈ ਹੈ, ਤਾਂ ਹੀ ਨਹੀਂ ਕਿਸੇ ਨੂੰ ਮਿਲਿਆ, ਇੱਕ ਸੰਤ ਦਿਖਾਵੇ ਜਿਹਨੂੰ ਮਿਲਿਆ ਹੋਵੇ, ਕੁਛ ਕੁਛ ਵੀ ਨਹੀਂ ਹੈ। ਜੇ ਹੁੰਦੇ ਤਾਂ ਆਹ ਪਾਠ ਠੀਕ ਕਰਾਉਂਦੇ ਸੰਤ, ਪਾਠ ਗਲਤ ਆਪ ਪੜ੍ਹੀ ਜਾਂਦੇ ਨੇ। ਉਹ ਡੇਰਿਆਂ ਦੇ ਮਸੂਆਣੇ ਵਾਲਿਆਂ ਨੇ ਨਹੀਂ ਪਾਠ ਠੀਕ ਕੀਤਾ, ਚਾਹੇ ਜਿੰਨਾ ਮਰਜ਼ੀ ਰੌਲਾ ਪਾਈ ਜਾਣਾ, ਦੱਸੋ ਵੀ ਕਿਉਂ ਨਹੀਂ ਠੀਕ ਕੀਤਾ ਤੁਸੀਂ, ਇਹ ਕਿਉਂ ਦਾ ਜਵਾਬ ਦਿਓ। ਤੁਸੀਂ ਬ੍ਰਹਮ ਗਿਆਨੀ ਦਾ ਰੌਲਾ ਪਾਈ ਜਾਂਦੇ ਹੋ, ਪਾਠ ਤੋਂ ਤਾਂ ਠੀਕ ਨਹੀਂ ਹੋਇਆ ਕਿਸੇ 'ਤੇ, ਕਿੰਨਾ ਕੁਛ ਗਲਤ ਪਿਆ, ਕਿਉਂ ਪਿਆ ਹੁਣ ਤੱਕ, ਇਹਦਾ ਜਵਾਬ ਦੇਣ। ਉਹ ਕੀ ਸੀ ਕੀ ਨਹੀਂ ਹੈ ਅਸੀਂ ਨਹੀਂ ਕਹਿੰਦੇ, ਜਿਹਨੂੰ ਇਹ ਮੰਨਦੇ ਨੇ, ਜੋ ਮਰਜ਼ੀ ਕਹੀ ਜਾਣ, ਉਹ ਤਾਂ ਰੱਬ ਤੋਂ ਵੀ ਗਾਹਾਂ ਤੇ, ਰੱਬ ਵੀ ਉਹਨਾਂ 'ਤੇ ਡਰਦਾ ਸੀ, ਰੱਬ ਉਹਨਾਂ ਦਾ ਹੀ ਬਣਾਇਆ ਹੋਇਆ ਸੀ ਇਹਨਾਂ ਦੇ ਸੰਤਾਂ ਦਾ ਹੀ, ਅਸੀਂ ਮੰਨ ਲੈਂਦੇ ਹਾਂ ਚਲੋ। ਉਹਨਾਂ ਦੇ ਆਪਾਠ ਕਿਉਂ ਠੀਕ ਹੋਇਆ ਇਹ ਦੱਸਣ, ਇਹਦਾ ਜਵਾਬ ਦੇਣ। ਕਿਸੇ ਦੇ ਪੱਲੇ ਕੱਖ ਨਹੀਂ ਸੀ, ਕੰਪੀਟੀਸ਼ਨ ਆਪਣਾ ਇਹਨਾਂ ਦਾ, ਸਾਡਾ ਡੇਰਾ ਵੱਡਾ ਹੋਇਆ ਉਹਨਾਂ ਦਾ ਸਾਡਾ ਵੱਡਾ, ਇਹ ਚ ਫਸੇ ਹੋਏ ਨੇ ਸਾਰੇ। ਤੁਧ ਬਿਨ ਸਿੱਧੀ ਕਿਨੇ ਨਾ, ਤੇ ਤੋਂ ਬਿਨਾਂ ਕਿਸੇ ਨੇ ਸਿੱਧੀ ਦਾ ਅਰਥ ਹੁੰਦਾ ਸਮਝ, ਪਹਿਲਾਂ ਸਿੱਧੀ ਦਾ ਅਰਥ ਹੀ ਨਹੀਂ ਪਤਾ ਇਹਨਾਂ ਨੂੰ ਕਿਸੇ ਨੇ, ਇਹ ਇਕੱਲੀ ਸਿੱਧੀ ਲੱਭਦਾ ਹੋਇਆ। ਜਿੱਥੇ ਇਹ ਆਉਣਗੇ ਇਹਨਾਂ ਦੇ ਨਾਲ, ਰਿੱਧ ਸਿੱਧਾਊ ਦੋ ਆਉਣਗੇ ਇਹਨਾਂ ਦੇ, ਸਾਡੇ ਵੀ ਦੋ ਆਉਂਦੇ ਨੇ ਰਿੱਧ ਸਿੱਧ। ਗੁਰਬਾਣੀ ਰਿੱਧ ਸਿੱਧ ਜਿਹੜੀ ਦੋਏ, ਦੋ ਵੀ ਆਉਂਦੀ ਹੈ, ਇਕੱਲੀ ਵੀ ਆਉਂਦੀ ਹੈ। ਇੱਥੇ ਰਿੱਧ ਦੀ ਲੋੜ ਨਹੀਂ ਸੀ, ਇੱਥੇ ਇਕੱਲੀ ਸਿੱਧ ਦੀ ਲੋੜ ਹੈ। ਕਿਉਂ ਸੋ, ਇੱਥੇ ਇਕੱਲੀ ਉਹ ਸਿੱਧ ਦੀ ਲੋੜ ਹੈ, ਰਿੱਧ ਦੀ ਲੋੜ ਹੈ ਨਹੀਂ ਇੱਥੇ, ਕਿਉਂਕਿ ਇਕੱਲੀ ਸਮਝ ਦੀ ਲੋੜ ਹੈ ਇੱਥੇ। ਕਾਹਦੀ ਸਮਝ? ਆਤਮ ਗਿਆਨ ਦੀ ਸਮਝ, ਮਾਇਆ ਦੀ ਸਮਝ ਦੀ ਇੱਥੇ ਗੱਲ ਨਹੀਂ ਹੈ। ਕਿਉਂਕਿ ਆਤਮਾ ਦੀ ਸਮਝ ਤੋਂ ਨਾਲ ਹੀ ਉਹਦਾ ਗੁਣ ਗਾਇਨ ਹੁਣ, ਇੱਥੇ ਮੈਂ ਇਸ ਗੱਲ ਗੁਣ ਗਾਇਨ ਦੀ ਹੈ, ਉਹਦੀ ਵਡਿਆਈ ਦੀ ਗੱਲ ਹੈ। ਇਕੱਲੀ ਔਰ ਸਿੱਧੀ ਆਊ ਇੱਥੇ, ਦੂਈ ਆ ਹੀ ਨਹੀਂ ਸਕਦਾ ਨਾ। ਰਿੱਧ ਰਿੱਧ ਉੱਥੇ ਆਉਂਦਾ ਜਿੱਥੇ ਜਦ ਸਮਝ ਦੱਸਣੀ ਹੈ ਕਿਸੇ ਨੂੰ, ਸਮਝਣ ਵਾਸਤੇ ਇਕੱਲੀ ਸਿੱਧੀ ਹੈ, ਦੱਸਣ ਵਾਸਤੇ ਰਿੱਧ ਸਿੱਧ ਹੈ। ਜਦ ਦੱਸਣੀ ਹੈ ਤਾਂ ਬੋਲਣਾ ਪੈਣਾ, ਬੋਲਣ 'ਚ ਮਾਇਆ ਦਾ ਗਿਆਨ ਚਾਹੀਦਾ, ਰਿੱਧ ਮਾਇਆ ਦਾ ਗਿਆਨ ਹੈ।
ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ ਇਹ ਰਿੱਧ ਹੈ ਸਾਰੀ ਇਹਦੀ ਇਹ ਰਿੱਧ ਦਾ ਲਫ਼ਜ਼ ਸਿੱਧ ਨਹੀਂ ਆਇਆ ਕੱਲੀਏ ਇਹ ਰਿੱਧ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਕੀਆ ਇੱਥੇ ਤੱਕ ਰਿੱਧੀ ਹੈ ਸਿੱਧੀ ਦੀ ਕੋਈ ਗੱਲ ਨਹੀਂ ਅੱਗੋਂ ਸਿੱਧੀ ਹੈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਘੱਟ ਮਾਧੋ ਜੀ ਹੋਏ ਸਿੱਧੀ ਹੈ ਇੱਥੇ ਰਿੱਧ ਸਿੱਧ ਦੋ ਆ ਗਈਆਂ ਦੱਸਣ ਵੇਲੇ ਦੋਹਾਂ ਦੀ ਲੋੜ ਹੈ ਸਮਝਣ ਵੇਲੇ ਇੱਕ ਦੀ ਓ ਲੋੜ ਹੈ ਜਿਹਨੂੰ ਸਮਝਾਈ ਆ ਉਹਨੂੰ ਵੀ ਇੱਕ ਦੀ ਓ ਲੋੜ ਹੈ ਦੂਜੀ ਦਾ ਤਾਂ ਉਹਨੂੰ ਪਤਾ ਹੀ ਹੈ ਦੂਜੀ ਦਾ ਤਾਂ ਉਹਨੂੰ ਵੀ ਪਤਾ ਹੀ ਹੈ ਵੀ ਸਾਰੇ ਦੁੱਧਾਂ 'ਚ ਕਿਉਂ ਹੁੰਦਾ ਸਾਰੀ ਬਨਸਪਤ ਅੱਗ ਹੁੰਦੀ ਹੈ ਉਹ ਤਾਂ ਉਹਨੂੰ ਵੀ ਪਤਾ ਜਿਹਨੂੰ ਦੱਸਿਆ ਉਹ ਤਾਂ ਪ੍ਰਮਾਣ ਹੈ ਪ੍ਰਮਾਣ ਮਾਇਆ ਦਾ ਗੱਲ ਸਮਝਾਈ ਹੈ ਨਿਰਾਕਾਰੀ ਮਾਇਆ ਦੀ ਜਿਹੜੀ ਸਮਝ ਹੈ ਉਹਨੂੰ ਰਿੱਧ ਕਹਿੰਦੇ ਨੇ ਸਿੱਧੀ ਕਹਿੰਦੇ ਨੇ ਨਿਰਾਕਾਰੀ ਸੋਝੀ ਨੂੰ ਇੱਥੇ ਨਿਰਾਕਾਰੀ ਸੋਝੀ ਉਹ ਮਿਲਦੀ ਹੈ ਸੱਚਖੰਡ ਤੋਂ ਦੂਜੀ ਤਾਂ ਇੱਥੋਂ ਹੀ ਮਿਲਣੀ ਹੈ ਸਾਹਮਣੇ ਹੈ ਤੁਹਾਡੇ ਦੂਜੀ ਤਾਂ ਤੂੰ ਸਿੱਧੀ ਤੇਤੋਂ ਫਿਰ ਸੋਝੀ ਨੀ ਕਿਤੋਂ ਮਿਲੀ ਕਿਸੇ ਨੂੰ ਕਰਮ ਮਿਲੇ ਨਹੀਂ ਠਾਕ ਰਹੀ ਆ ਪਰ ਜਿਹਨੂੰ ਮਿਲਦੀ ਹੈ ਤੇਰੀ ਕਿਰਪਾ ਕਰਮ ਦਾ ਅਰਥ ਕਿਰਪਾ ਇੱਥੇ ਮਿਲਦੀ ਕਿਵੇਂ ਜੀ ਤਾਂ ਤੇਰੀ ਦਿਆ ਦ੍ਰਿਸ਼ਟੀ ਹੋ ਜਾ ਨਾਮ ਕਿਹਨੂੰ ਮਿਲਦਾ ਜੀ ਤਾਂ ਤੂੰ ਤਰੁਸ਼ ਜਵੇ ਜਿਹਦੇ ਤੂੰ ਖੁਸ਼ ਹੋ ਜਵੇ ਕਰਮ ਮਿਲੇ ਨਹੀਂ ਠਾਕ ਜੇ ਕਿਸੇ ਤੇ ਤੇਰੀ ਕਿਰਪਾ ਹੋ ਜਵੇ ਅਰ ਉਹਨੂੰ ਹੋਵੇ ਮਿਲਦਾ ਫਿਰ ਉਹਨੂੰ ਰੋਕ ਨਹੀਂ ਸਕਦਾ ਕੋਈ ਪੰਡਿਤ ਨਹੀਂ ਰੋਕ ਸਕਦੇ ਕਾਸ਼ੀ ਦੇ ਵਿੱਚ ਬੈਠੇ ਵੀ ਨਾਮ ਉਹਨੂੰ ਰਵਿਦਾਸ ਨੂੰ ਨਾਮ ਕਿਉਂ ਮਿਲਿਆ ਬੰਨ ਲਾ ਦਿੰਦੇ ਰਾਹ ਦੇ ਵਿੱਚ ਨਾ ਦੇਣ ਦਿੰਦੇ ਉਹਨਾਂ ਨੇ ਤਾਂ ਸਿਮਰਤੀਆਂ 'ਚ ਲਿਖਿਆ ਸੀ ਵੀ ਨੀਚ ਨੂੰ ਨਾ ਨੀਚ ਜਿਹੜਾ ਭਗਤੀ ਪ੍ਰਫੁੱਲਤ ਨਹੀਂ ਹੋ ਸਕਦੀ ਨੀਚ ਜਾਤ ਵਾਲਾ ਨਾਮ ਨਹੀਂ ਜਪ ਸਕਦਾ ਉਹ ਤਾਂ ਨੀਚ ਜਾਤ ਕਾਸ਼ੀ 'ਚ ਬੈਠਾ ਫਿਰ ਰੋਕ ਦਿੰਦੇ ਫਿਰ ਰੋਕ ਕੇ ਦਿਖਾਉਂਦੇ ਔਰ ਪ੍ਰਚਾਰ ਕਰਦੇ ਸੀ ਸਿਮਰਤੀਆਂ ਦਾ ਤਾਂ ਲਿਖੀ ਹੈ ਗੱਲ ਇਹ ਗੱਲ ਲਿਖੀ ਕਿਉਂ ਹੈ ਸਵਾਲ ਇਹ ਹੈ ਕਰਮ ਮਿਲੇ ਨਹੀਂ ਠਾਕਰਾਈਆਂ ਉਹਨਾਂ ਦਾ ਲਿਖਿਆ ਸੀ ਬੰਨ ਲਾਇਆ ਤਾਂ ਪੱਥਰ ਦਾ ਪੰਡਿਤ ਬ੍ਰਾਹਮਣ ਦੇ ਬਿਨਾਂ ਕਿਸੇ ਨੂੰ ਗਿਆਨ ਨਹੀਂ ਹੋ ਦਿੰਦਾ ਪਰਮੇਸ਼ਰ ਤੋਂ ਮਿਲਦਾ ਉਹਨੇ ਕਹਾ ਦੇ ਦਿੱਤਾ ਪਤੰਦਰ ਨੇ ਰੋਕ ਦਿੰਦੇ ਫਿਰ ਜੇ ਉਹਦੇ ਉਹਦੀ ਕਿਰਪਾ ਹੋ ਜਾ ਕਿਸੇ ਤੇ ਉਹ ਨਹੀਂ ਰੋਕ ਸਕਦਾ ਉਹਨੂੰ ਕੋਈ ਗੱਲ ਇਹ ਹੈ ਇਹਦਾ ਮਤਲਬ ਕਰਮ ਮਿਲੇ ਨਹੀਂ ਠਾਕ ਰਹੀਆਂ ਹਾਂ ਉਸ ਕਿਸੇ ਤੋਂ ਰੁਕੀਆਂ ਨਹੀਂ ਅੱਜ ਤੱਕ ਉਹਦੀਆਂ ਦਾਤਾਂ ਉਹ ਤਾਂ ਨੇੜੇ ਰਹਿੰਦੇ ਸੀ ਰੋਜ਼ ਦੇਵਤੇ ਦੇ ਰੋਜ਼ ਮੰਦਰ ਦੇ ਦੋ ਵੇਲੇ ਤਿੰਨ ਵੇਲੇ ਪੂਜਾ ਕਰਦੇ ਤੇ ਉਹ ਰੋਕ ਦਿੰਦੇ ਫਿਰ ਰਵਿਦਾਸ ਨੂੰ ਨਾ ਮਿਲੇ ਕਬੀਰ ਨੂੰ ਨਾ ਮਿਲੇ ਇਹ ਤਾਂ ਸਾਰੇ ਨੀਚ ਨੇ ਰੋਕ ਕੇ ਦਿਖਾਉਂਦੇ ਫਿਰ ਉਹ ਚੈਲੇਂਜ ਆ ਸਾਰਿਆਂ ਨੂੰ ਇਹ ਪਰ ਬਹੁਤ ਡੂੰਘਾ ਚੈਲੇਂਜ ਆ ਗੁਰਮਤ ਨੇ ਕੀਤਾ ਉਹ ਦਸਮ ਪਾਤਸ਼ਾਹ ਨੇ ਤਾਂ ਸਪਸ਼ਟ ਪੜਦਾ ਚੱਕਤਾ ਸਿਆਪਾ ਤਾਂ ਹੋ ਗਿਆ ਇਹ ਸੱਤਵੇਂ ਪਤਾਲ ਦੀ ਗੱਲ ਕਹੀ ਹੋਈ ਹੈ ਬੁੱਝਣ ਵਾਲਾ ਬੁੱਝੂਗਾ ਉਹਨੇ ਪਤੰਦਰ ਨੇ ਪੜਦਾ ਹੀ ਚੱਕਦਾ ਪੜਦਾ ਚੱਕਦਾ ਹਾਹਾਕਾਰ ਹੋ ਗਿਆ ਜ਼ਮੀਨ ਦੇ ਥੱਲੇ ਕਿੰਨੀ ਗੈਸ ਪਈ ਹੈ ਜੇ ਬਾਹਰ ਇੱਥੇ ਦਰਿਆ ਚੱਲ ਪਏ ਅੱਗ ਲੱਗ ਜਾ ਉਹਨੂੰ ਤਾਂ ਸਾਰੀ ਨੂੰ ਜੇ ਥੱਲੇ ਦੀ ਗੈਸ ਤਾਂ ਦਰਿਆ ਚਲਾ ਦਈਏ ਸਮੁੰਦਰ 'ਤੇ ਜਿੰਨੀ ਧਰਤੀ 'ਚ ਪਈ ਹੈ ਉਹ ਤਾਂ ਅੱਗ ਫੜ ਲੂਗੀ ਇਸ ਕਰਕੇ ਉਹਨਾਂ ਨੇ ਥੱਲੇ ਢੱਕ ਕੇ ਰੱਖਿਆ ਸੀ ਇਹ ਉਹਨੇ ਪ੍ਰਗਟ ਕਰਕੇ ਛਿੜਕ ਕੇ ਤੀਲੀ ਲਾਤੀ ਤੀਲੀ ਲਾਤ ਵੀ ਜਲ ਪਿਆ ਵਿੱਚ ਇੰਨੀ ਪੈਦਾ ਉੱਥੇ ਤਾਂ ਸਾਰਾ ਦਸ ਗੁਰਾਂ ਦੇ ਵਿੱਚ ਪ੍ਰਗਟ ਕਰਕੇ ਅੱਗ ਲਾਤੀ ਫੈਲਾਤਾ ਸਾਰਾ ਹੀ ਕੋੜਿਆਂ ਦੇ ਚਾੜਦੇ ਬਰਾਬਰ ਕਰਤੇ ਇੱਥੇ ਕੁਛ ਹੋਰ ਤਰੀਕੇ ਨਾਲ ਬਰਾਬਰ ਹੈ ਕਰਮ ਮਿਲੇ ਨਹੀਂ ਠਾਕ ਹਾਂ ਰਾਹੀਆਂ ਬਰਾਬਰ ਨੇ ਸਭ ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਨਾ ਦੇਵੇ ਤੁਹਾਡਾ ਲਿਖਿਆ ਸਭ ਗਲਤ ਹੈ ਇਹ ਤਾਂ ਗਹਿਰਾਈ 'ਚ ਗੱਲ ਕੀਤੀ ਹੋਈ ਹੈ ਇਸ਼ਾਰੇ ਨਾਲ ਗੱਲ ਕੀਤੀ ਹੋਈ ਹੈ ਸਮਝਦਾਰਾਂ ਨੂੰ ਇਸ਼ਾਰਾ ਵੀ ਸਮਝ ਜਾਓ ਹੁਣ ਤੁਸੀਂ ਆਪਣੇ ਵਾਪਸ ਲੈ ਲਓ ਲਿਖਤਾਂ ਕਦੋਂ ਲੈਂਦੇ ਨੇ ਵਾਪਸ ਉਹ ਅਜੇ ਤੱਕ ਨਹੀਂ ਵਾਪਸ ਲੈਣ ਨੂੰ ਤਿਆਰ ਬਗਾਵਤ ਹੈ ਉਹਨਾਂ ਦੇ ਖਿਲਾਫ ਇਹ
ਗੁਰਬਾਣੀ ਹੈ ਤਾਂ ਹੀ ਤਾਂ ਖਿਲਾਫ ਨੇ ਗੁਰਬਾਣੀ ਦੇ, ਖਿਲਾਫ ਕਿਉਂ ਨੇ, ਕਿਉਂ ਖਿਲਾਫ ਨੇ? ਬਗਾਵਤ ਹੈ ਉਹਨਾਂ ਦੇ ਸਾਰੇ ਗ੍ਰੰਥਾਂ ਦੇ ਖਿਲਾਫ। ਉਹ ਤਾਂ ਉੱਤੋਂ ਉੱਤੋਂ ਕਹਿੰਦੇ ਨੇ ਐਂ ਫਲਾਨਾ, ਅੰਦਰੋਂ ਸਭ ਜਾਣਦੇ ਨੇ ਵੀ ਬਗਾਵਤ ਹੈ। ਸਾਡੇ ਵਾਲੇ ਵੀ ਠੀਕ ਨੇ, ਇਹ ਵੀ ਠੀਕ ਹੈ, ਜੇ ਇਹ ਠੀਕ ਹੈ ਤੁਹਾਡੇ ਵਾਲੇ ਨਹੀਂ ਠੀਕ, ਫਿਰ ਜੇ ਤੁਹਾਡੇ ਵਾਲੇ ਠੀਕ ਨੇ ਫਿਰ ਇਹ ਨਹੀਂ ਠੀਕ, ਇੱਕ ਨੂੰ ਠੀਕ ਕਹੋ। ਹਾਂਜੀ, ਆਖਣ ਵਾਲਾ ਕਿਆ ਵਿਚਾਰਾ, ਉਹ ਜਿਹੜਾ ਕਹਿੰਦਾ ਮੈਂ ਆਖਣ ਵਾਲਾ, ਆਪਣੇ ਗੱਲ ਕਰ ਰਹੇ ਨੇ, ਉਹ ਜਿਹੜਾ ਉਹਦੀ ਵਡਿਆਈ ਆਖ ਰਿਹਾ, ਉਹ ਤਾਂ ਕੀ ਆ ਵਿਚਾਰਾ, ਉਹ ਤਾਂ ਕੁਛ ਵੀ ਨਹੀਂ, ਉਹ ਤਾਂ ਮਨੁੱਖ ਹੈ ਤੁਹਾਡੇ ਵਰਗਾ ਹੀ ਆ ਉਹ। ਆ ਗੱਲ ਦਾ ਹੀ ਰੌਲਾ ਅੱਜ ਰਵਿਦਾਸ ਨਾਲ, ਰਵਿਦਾਸ ਗੁਰੂ ਹੈ ਕਿ ਨਾਨਕ ਗੁਰੂ ਹੈ, ਇਸ ਗੱਲ ਦਾ ਰੌਲਾ ਹੈ। ਹੁਣ ਜੇ ਇਹਨਾਂ ਨੂੰ ਅਕਲ ਹੁੰਦੀ ਰੌਲਾ ਕਿਉਂ ਪੈਂਦਾ ਇਸ ਗੱਲ ਦਾ? ਆਖਣ ਵਾਲਾ ਤਾਂ ਵਿਚਾਰਾ, ਉਹਦਾ ਚਾਰਾ ਹੀ ਕੁਛ ਨਹੀਂ ਹੈ, ਉਹਦੇ ਹੱਥ 'ਚ ਕੁਛ ਨਹੀਂ ਹੈ ਆਖਣ ਵਾਲੇ ਦੇ। ਜਿਹੜਾ ਗੁਰਬਾਣੀ ਰਚ ਰਿਹਾ ਉਹਦੇ ਹੱਥ 'ਚ ਕੱਖ ਨਹੀਂ ਹੈ, ਜਿਵੇਂ ਬੁਲਾਉਂਦਾ ਤਿਵੇਂ ਬੋਲਦਾ। ਤੁਸੀਂ ਕਹਿੰਦੇ ਹੋ ਗੁਰੂ ਹੈ, ਰਵਿਦਾਸ ਗੁਰੂ ਹੈ ਨਹੀਂ, ਕਿਉਂਕਿ ਰਵਿਦਾਸ ਕਿਉਂ ਨਹੀਂ ਹੈ ਗੁਰੂ, ਨਾਨਕ ਕਿਉਂ ਹੈ? ਇਹ ਸਾਰੇ ਗੁਰੂ ਨੇ, ਸਾਰੇ ਦਾਸ ਨੇ। ਸੱਚ ਬੋਲਣ ਨੂੰ ਨਹੀਂ ਤਿਆਰ ਕੋਈ ਵੀ ਹੈ, ਸੱਚ ਬੋਲਣ ਤੜੇਬੰਦੀ ਹੈ ਨਾ, ਬੇਈਮਾਨ ਨੇ ਨਾ ਸਾਰੇ ਹੀ। ਸੱਚ ਨਾਮ ਕੋਈ ਨਹੀਂ ਖੜਾ, ਇਮਾਨਦਾਰੀ ਤਾਂ ਕੋਈ ਵੀ ਨਹੀਂ ਹੈ। ਆਪਣੀ ਆਪਣੀਆਂ ਰੋਟੀਆਂ ਸੇਕਦੇ ਨੇ ਸਾਰੇ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਓਏ ਅੱਖ ਤੇਰੇ ਤਾਂ ਭੰਡਾਰ ਸਿਫਤਾਂ ਨਾਲ ਭਰੇ ਪਏ ਨੇ, ਉਹਦਾ ਜਿੰਨਾ ਕੁ ਤੂੰ ਬੁਲਾਉਣਾ ਉਹਨਾਂ ਕੁ ਬੋਲ ਦਿੰਦਾ। ਉਹਦੇ ਹੱਥ 'ਚ ਕੁਛ ਨਹੀਂ ਹੈ ਆਖਣ ਵਾਲੇ ਦੇ, ਉਹਦਾ ਚਾਰਾ ਹੀ ਕੋਈ ਨਹੀਂ ਹੈ ਕਿਸੇ ਦਾ। ਜੇ ਤੂੰ ਦੇ ਕਿਸੇ ਕਿਆ ਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ। ਕਿਸੇ ਦਾ ਚਾਰਾ ਨਹੀਂ ਚੱਲਦਾ ਅੱਗੇ ਜਿਹਨੂੰ ਤੂੰ ਦੇ ਦੇਵੇਂ, ਉਹ ਜਿਹਨੂੰ ਦਿੰਦਾ ਉਹਦਾ ਚਾਰਾ ਵੀ ਕੋਈ ਨਹੀਂ ਹੈ। ਮੈਂ ਵੀ ਨਹੀਂ ਲੈ ਸਕਦਾ, ਤੂੰ ਵੀ ਨਹੀਂ ਲੈ ਸਕਦਾ, ਉਹ ਵੀ ਨਹੀਂ ਲੈ ਸਕਦਾ, ਲਿਆ ਵੀ ਨਹੀਂ ਕਿਸੇ ਨੇ, ਤਾਂ ਮਰਜ਼ੀ ਹੈ ਨਾ ਮਾਲਕ ਦੀ। ਕਿਉਂਕਿ ਦਾਤਾ ਦਾਤ ਰੱਖੀ ਹੱਥ ਆਪਣੇ, ਜੈ ਭਾਵੇ ਤੈਨੂੰ ਦੇ ਲੈ ਲਓ, ਚਾਰਾ ਦੱਸੋ ਕਿਹਦਾ। ਜਿਵੇਂ ਨਾਨਕ ਨੂੰ ਮਿਲੀ ਹੈ, ਰਵਿਦਾਸ ਨੂੰ ਤਾਂ ਨਾਨਕ ਨਾਲੋਂ ਪਹਿਲਾਂ ਮਿਲੀ ਹੈ, ਕਬੀਰ ਨੂੰ ਤਾਂ ਨਾਨਕ ਨਾਲੋਂ ਪਹਿਲਾਂ ਮਿਲੀ ਹੈ, ਨਾਨਕ ਨੇ ਤਾਂ ਕਬੀਰ ਰਵਿਦਾਸ ਦੀ ਬਾਣੀ ਪੜ੍ਹੀ ਹੈ। ਸ਼ਰਮ ਕਰਨੀ ਚਾਹੀਦੀ ਹੈ, ਕੋਈ ਸ਼ਰਮ ਸਾਰਿਆਂ ਨੂੰ ਹੈ। ਨਾਲੇ ਕਹਿੰਦੇ ਉਹ ਜਾਤ ਨਹੀਂ ਹੁੰਦੀ ਆਦਮੀ ਦੀ, ਕੋਈ ਮਾਨਸਿਕੀ ਸਭੇ ਜਾਤ, ਨਾਲੇ ਜਾਤ ਲਈ ਬੈਠੇ ਹੋ, ਰਵਿਦਾਸ ਦੀ ਜਾਤ ਘਟੀ ਹੈ, ਇਹਦਾ ਮਤਲਬ ਤਾਂ ਫਿਰ ਇਹ ਹੋਇਆ ਸਭ ਹਰਾਮ ਖੋਰੀ ਆ, ਕੁਛ ਨਹੀਂ ਹੈ ਪਿੱਛੇ। ਆਪਣੀ ਵਡਿਆਈ ਹੈ ਵੀ ਅਸੀਂ ਸਮਝਿਆ ਨੀ, ਉਹ ਭਗਤਾਂ ਦੇ ਹੋਏ ਤੇਰੇ ਦਰਸ਼ਨ ਦਾਸਾ ਕਹਿ ਰਹੇ ਨੇ ਗੁਰਬਾਣੀ ਚ, ਹੋਏ ਤੇਰੇ ਦਰਸ਼ਨ ਦਾਸਾ, ਜਿਹੜੇ ਤੇਰੇ ਪਹਿਲੇ ਦਾਸ ਨੇ ਨਾ, ਰਵਿਦਾਸ ਦਾਸ ਹੈ ਜਿਵੇਂ, ਕਬੀਰ ਦਾਸ ਹੈ ਭਗਤ ਨੇ, ਮੈਂ ਉਹਨਾਂ ਦਾ ਵੀ ਦਾਸ ਹਾਂ। ਗੁਰੂ ਨਾਨਕ ਇਹ ਕਹਿੰਦਾ ਹੋਏ ਤੇਰੇ ਦਾਸਨ ਦਾਸਾ, ਐਡੇ ਮਹਾ ਸ਼ੈਤਾਨ ਨੇ ਇਹ ਪੰਕਤੀਆਂ ਲਗੋਲੀਆਂ ਜਾਣ ਕੇ, ਜਾਂ ਫਿਰ ਮੂਰਖ ਨੇ ਸਮਝ ਨਹੀਂ ਆਈ, ਜਾਂ ਤਾਂ ਮੂਰਖ ਨੇ ਜਾਂ ਸ਼ੈਤਾਨ ਨੇ, ਨਾ ਸ਼ੈਤਾਨ ਚੰਗੇ ਨੇ ਨਾ ਮੂਰਖ ਚੰਗੇ ਨੇ, ਦੋ ਹੀ ਚੰਗੇ ਗੁਰਬਾਣੀ ਵਾਸਤੇ, ਗੁਰਮਤ ਦੇ ਪ੍ਰਚਾਰ ਵਾਸਤੇ। ਸ਼ੈਤਾਨ ਵੀ ਠੀਕ ਨਹੀਂ ਹੈ, ਮੂਰਖ ਵੀ ਠੀਕ ਨਹੀਂ ਹੈ, ਨਾ ਮੂਰਖਾਂ ਦਾ ਕੰਮ ਹੈ ਨਾ ਸ਼ੈਤਾਨ ਦਾ ਕੰਮ ਹੈ। ਜੇ ਸ਼ੈਤਾਨ ਨੇ ਤਾਂ ਵੀ ਇਹਨਾਂ ਨੂੰ ਘਰੋਂ ਬਾਹਰ ਕੱਢੋ, ਜੇ ਮੂਰਖ ਨੇ ਤਾਂ ਸਮਝਾ ਦਿਓ। ਮੂਰਖ ਨੂੰ ਰੱਖ ਲਈ ਦਾ ਹੁੰਦਾ, ਮੂਰਖ ਦਾ ਨਹੀਂ ਕੁਛ ਹੁੰਦਾ, ਮੂਰਖ ਦਾ ਕਾਬਲ ਹੁੰਦਾ ਸਮਝਾ ਦੇਈਦਾ ਹੁੰਦਾ, ਸ਼ੈਤਾਨ ਨੂੰ ਨਹੀਂ ਘਰ ਰੱਖੀ ਦਾ ਹੁੰਦਾ, ਸ਼ੈਤਾਨ ਨੂੰ ਬਾਹਰ ਕੱਢ ਦੇਈਦਾ। ਕਿਉਂ ਸ਼ੈਤਾਨ ਜਾਣਦਾ ਹੁੰਦਾ ਜਾਣ ਕੇ ਕਹਿੰਦਾ ਹੁੰਦਾ, ਸ਼ੈਤਾਨ ਤਾਂ ਜਾਣਦਾ ਹੁੰਦਾ ਜਾਣ ਕੇ ਕਹਿੰਦਾ ਹੁੰਦਾ, ਉਹਦਾ ਤਾਂ ਕੋਈ ਇਲਾਜ ਹੈ ਨਹੀਂ, ਮੂਰਖ ਦਾ ਇਲਾਜ ਹੈ। ਉਹ ਸਮਝਾਇਆ ਸਮਝ ਜਾਂਦਾ, ਪਤਾ ਲੱਗੇ ਤੇ। ਨਾਨਕ ਸੱਚ ਸਵਾਰਨਹਾਰਾ, ਨਾਨਕ ਸੱਚ ਸਵਾਰਨਹਾਰਾ,
ਜੇ ਕੁਛ ਸਿਮਰਨਾ ਸੱਚ ਨਾਲ ਸਿਮਰਨਾ, ਨਹੀਂ ਸਿਮਰਨਾ ਕਿਸੇ ਦਾ ਕੱਖ ਨਹੀਂ। ਸਿੱਖੀ ਦਾ ਸੱਚ ਬਿਨਾਂ ਕੱਖ ਨਹੀਂ ਸਿਮਰਨਾ। ਸਿੱਖੀ ਖੜੀ ਸੱਚ 'ਤੇ, ਸਿੱਖੀ ਦੀ ਨਿਉਂ ਸੱਚ 'ਤੇ ਹੈ, ਜਿਹੜੀ ਕਿ ਸੱਚ ਛੱਡ ਦਿੱਤਾ ਸਾਰਿਆਂ ਨੇ। ਰੌਲਾ ਸੱਚ ਛੱਡੇ ਤੋਂ ਪਿਆ ਹੋਇਆ, ਸੱਚ 'ਤੇ ਕੋਈ ਵੀ ਨਹੀਂ ਖੜਾ। ਸੱਚ 'ਤੇ ਖੜਨਾ ਪਊ, ਨਹੀਂ ਤਾਂ ਸੰਗਤ ਸੱਚੇ ਸੱਚ 'ਤੇ ਖੜ ਜੂਗੀ। ਸੰਗਤ ਸੱਚ 'ਤੇ ਖੜ ਜੂ, ਇਹਨਾਂ ਨੂੰ ਮੱਖਣ ਇਹਨਾਂ ਨੂੰ ਉਹ ਜਿਵੇਂ ਹੁੰਦਾ ਨਾ, ਕਹਿੰਦੇ ਉਹ ਪੱਤੇ ਆ ਜਾਂਦੇ ਪਾਣੀ ਦੇ ਉੱਤੇ, ਇਹਨਾਂ ਨੂੰ ਵਾਸੜ ਦੇਣਗੇ, ਕੱਢ ਕੇ ਛਿੱਤੀਆਂ ਨੂੰ ਪੁਣ ਦੇਣਗੇ, ਲੱਸੀ ਲੱਸੀ ਰੱਖ ਲੈਣਗੇ। ਛਿੱਤੀਆਂ ਨੇ ਜਿਹੜੀਆਂ ਪੁਣ ਕੇ ਬਾਹਰ ਕੱਢ ਦਾਂਗੇ ਇਹਨਾਂ ਨੂੰ, ਹੋਰ ਕੀ ਹੈ। ਸੰਗਤ ਬਾਹਰ ਕੱਢ ਦੂ, ਸੱਚ ਦੇ ਬਿਨਾਂ ਕੁਛ ਨਹੀਂ ਸਿਮਰਨਾ। ਫੈਸਲਾ ਨਾਨਕ ਕਹਿੰਦਾ ਸੱਚ ਸਵਾਰਨ ਹਾਰਾ, ਜਿਹੜਾ ਸੱਚ ਦਾ ਵਿਰੋਧ ਕਰੂਗਾ, ਸੱਚ ਦਾ ਵਿਰੋਧ ਹੋ ਹੀ ਨਹੀਂ ਸਕਦਾ। ਸੱਚ ਦਾ ਵਿਰੋਧ ਕਰੂਗਾ ਇਹਦੇ ਨਾਲ, ਸੱਚ ਦਾ ਆਪ ਉਹੀ ਹੈ, ਆਦਿ ਸੱਚ ਹੈ, ਜੁਗਾਦ ਸੱਚ ਹੈ। ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੁਸੀ ਵੀ ਸੱਚ, ਉਹੀ ਸਵਾਰਨ ਹਾਰਾ ਹੈ। ਜਿਹੜਾ ਸੱਚ 'ਤੇ ਖੜ ਜਾਂਦਾ ਫਿਰ ਪ੍ਰਭ ਕਾਜ ਸਵਾਰੇ ਆਏ, ਫਿਰ ਉਹਦੇ ਕਾਲ ਸਵਾਰਦਾ। ਸੱਚ ਤੇ ਕਾਲ ਆਉਂਦਾ ਜਦ ਤੇਰੀ ਮੇਰੀ ਮਿਟ ਜਾਏ। ਜਦੋਂ ਮੇਰੀ ਔਰ ਤੇਰੀ ਮਿਟ ਜਾਂਦੀ ਹੈ ਫਿਰ ਕਰਮ ਪ੍ਰਭ ਕਾਲ ਸਵਾਰੇ ਆਏ। ਤੇਰੀ ਔਰ ਮੇਰੀ ਉਹ ਨਹੀਂ ਰਹੀ ਫਿਰ ਸੱਚ ਤੇ ਆਉਂਦਾ। ਜਿਹਨਾਂ ਚਿਰ ਮੇਰੀ ਗੱਲ ਕਹੀ ਹੋਈ ਜਾਂ ਤੇਰੀ ਗੱਲ ਕਹੀ ਹੋਈ, ਮੈਂ ਆਇਆ ਸੀ ਤੂੰ ਕਿਉਂ ਨਹੀਂ ਸੀ ਆਇਆ, ਅਸੀਂ ਇੱਥੇ ਅਜੇ ਤਾਂ ਬਹੁਤ ਦੂਰ ਹੋ ਤੁਸੀਂ, ਇਹ ਤਾਂ ਹੁਜਤਾਂ ਨੇ ਹੁਜਤਾਂ, ਇਹ ਤਾਂ ਜਿਹੜੀ ਚਤੁਰਾਈ ਹੈ ਨਾ, ਕਬੀਰ ਚਤੁਰਾਈ ਅਤ ਘੜੀ, ਚਤੁਰਾਈ ਤਾਂ ਅੱਤ ਹੈ, ਅੱਤ ਜਿਵੇਂ ਅੱਤ ਚੱਕੀ ਆਪਾਂ ਕਹਿੰਦੇ ਅੱਤ ਚੱਕ ਲਈਏ, ਚਤੁਰਾਈ ਵਾਲੇ ਤਾਂ ਅੱਤ ਚੱਕੀ ਹੋਈ ਹੁੰਦੀ ਹੈ। ਹਰ ਜਪ ਹਿਰਦੇ ਮਗਰ, ਹਰ ਤਾਂ ਤੇਰੇ ਹਿਰਦੇ 'ਚ ਆ ਉਹਨੂੰ ਜਾਣ ਲੈ, ਸੱਚ ਤਾਂ ਤੇਰੇ ਹਿਰਦੇ 'ਚ ਆ ਉਹਨੂੰ ਜਾਣ ਲੈ। ਅੰਤਰਾਤਮਾ ਦੀ ਆਵਾਜ਼ 'ਤੇ ਪੁੱਛ ਲੈ ਕੀ ਹੈ ਸੱਚ, ਕੀ ਹੈ ਝੂਠ, ਬਾਹਰੋਂ ਪੁੱਛਣ ਦੀ ਕੀ ਲੋੜ ਹੈ। ਹਾਂਜੀ।